ਸਾਨੂੰ ਜਦੋਂ ਸਾਡਾ ਪਸ਼ੂ ਸਾਨੂੰ ਪਤਾ ਲੱਗਿਆ ਵੀ ਗੱਭਣ ਹੈਗਾ ਤੇ ਉਸ ਨੂੰ 6-7 ਮਹੀਨੇ ਬਾਅਦ ਜਿਹੜਾ ਪਸ਼ੂ ਦੁੱਧ ਦੇ ਰਿਹਾ ਹੈਗਾ ਉਸ ਨੂੰ ਡਰਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਡਰਾਈ ਕਰਨ ਜੇਕਰ ਅਸੀਂ ਉਸ ਟਾਈਮ ਉਹਨੂੰ ਡਰਾਈ ਨਹੀਂ ਕਰਦੇ ਤੇ ਅਗਲੇ ਸੂਏ ਦੇ ਵਿੱਚ ਜਿਹੜਾ ਸਾਡਾ ਪਸ਼ੂ ਪੂਰਾ ਜਿੰਨੀ ਜੋ ਮਿਰਸੇ ਦੇ ਵਿੱਚ ਉਹਨੂੰ ਗੁਣ ਮਿਲਿਆ ਉਹਨਾਂ ਦਾ ਦੁੱਧ ਪੈਦਾ ਨਹੀਂ ਕਰੇਗਾ ਮੱਝਾਂ ਤਕਰੀਬਨ ਸਾਡੇ ਕੋਲ ਜ਼ਿਆਦਾਤਰ 6 ਮਹੀਨੇ 6.5 ਮਹੀਨੇ ਬਾਅਦ ਦੁੱਧ ਦੇਣ ਤੋਂ ਭੱਜ ਜਾਂਦੀਆਂ ਨੇ ਪਰੰਤੂ ਗਾਇਆਂ ਜਿਹੜੀਆਂ ਸਾਡੇ ਪਾਸ ਸੋਹਣ ਸਮੇਂ ਤੇ ਇੱਕ ਵੀ ਇਹ ਦੁੱਧ ਦੰਦੀਆਂ ਰਹਿਣੀਆਂ ਨੇ ਇਹਨਾਂ ਨੂੰ ਜਿਹੜਾ ਦੁੱਧ ਘਟ ਚੋ ਕੇ ਲੰਗੇ ਡੰਗੇ ਕਰਕੇ ਘੱਟ ਖੁਰਾਕ ਪਾ ਕੇ ਔਰ ਇਹਨਾਂ ਦਾ ਦੁੱਧ ਤੋਂ ਜਿਹੜਾ ਹੈਗਾ ਸਕਾ ਦੇਣਾ ਚਾਹੀਦਾ ਹੈਗਾ ਘੱਟ ਖੁਰਾਕ ਪਾ ਕੇ ਸਕਾ ਦੇਣਾ ਚਾਹੀਦਾ ਹੈਗਾ ਤੇ ਜਦੋਂ ਪਸ਼ੂ ਪੂਰਨ ਤੌਰ ਤੇ ਦੁੱਧ ਦੇਣਾ ਬੰਦ ਹੋ ਗਿਆ ਕਿਹਰੇ ਦੀ ਜਿਹੜਾ ਖੁਰਾਕ ਦਾ ਜਿਹੜਾ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਆ ਇਹਨੂੰ ਰੱਜਵੇਂ ਪੱਠੇ ਹਰੇ ਪੱਠੇ ਰਲਵੇਂ ਮਲਮਾ ਚਾਰਾ ਤੇ ਇਹਦੇ ਨਾਲ ਕਿਲੋ ਡੇਢ ਕਿਲੋ ਜਿਹੜਾ ਹੈਗਾ ਵਧੀਆ ਜਿਹੜਾ ਹੈਗਾ ਬੈਲੈਂਸ ਦਾਣਾ ਉਹ ਦੇਣ ਦੀ ਲੋੜ ਹੈਗੀ ਆ ਕਿਉਂਕਿ ਜਿਹੜਾ ਬੱਚਾ ਮਾਂ ਦੇ ਪੇਟ ਦੇ ਵਿੱਚ ਪਲ ਰਿਹਾ ਪਹਿਲੇ 7 ਮਹੀਨੇ ਤੇ ਉਹਦਾ ਜਿਹੜਾ ਵਜ਼ਨ ਹੈਗਾ ਬਹੁਤ ਘੱਟ ਹੈ ਤਕਰੀਬਨ 15 ਕਿਲੋ ਦੇ ਕਰੀਬ ਉਹਦਾ ਵਜ਼ਨ ਹੈਗਾ ਤੇ ਲਾਸਟ 2 ਔਰ 3 ਮਹੀਨੇ ਜਿਹੜੇ ਪਸ਼ੂ ਦੇ ਸੋਣ ਵਾਸਤੇ ਰਹਿੰਦੇ ਨੇ ਉਸ ਸਮੇਂ ਵਿੱਚ ਇਹਦਾ ਜਿਹੜਾ ਵਾਧਾ ਹੈ ਬੜਾ ਤੇਜ਼ੀ ਦੇ ਨਾਲ ਵਾਧਾ ਹੁੰਦਾ ਤੇ ਲਗਭਗ ਹਰ ਰੋਜ਼ ਦਾ 450 500 ਗ੍ਰਾਮ ਦੇ ਕਰੀਬ ਉਹਦਾ ਜਿਹੜਾ ਵਾਧਾ ਹੁੰਦਾ ਰੋਇਸ ਵਾਸਤੇ ਸਾਨੂੰ ਉਸ ਸਮੇਂ ਦੇ ਵਿੱਚ ਜਿਹੜੀ ਹੈਗੀ ਪਸ਼ੂ ਨੂੰ ਸਾਡੇ ਨੂੰ ਖੁਰਾਕ ਜਿਹੜੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਵਧੀਆ ਬੈਲੈਂਸ ਖੁਰਾਕ ਦੇਣ ਦੀ ਲੋੜ ਹੈ ਤੇ ਜਦੋਂ ਪਸ਼ੂ ਦੇ ਸੋਣ ਦੇ ਵਿੱਚ ਤਕਰੀਬਨ 15 ਦਿਨ ਰਹਿ ਜਾਂਦੇ ਨੇ ਉਹਨੂੰ ਦੂਸਰੇ ਪਸ਼ੂਆਂ ਤੋਂ ਸਾਨੂੰ ਵੱਖਰਾ ਕਰ ਦੇਣਾ ਚਾਹੀਦਾ। ਕਈ ਵਾਰੀ ਕੀ ਹੁੰਦਾ ਹੈ ਵੀ ਪਸ਼ੂ ਆਪਸ ਦੇ ਵਿੱਚ ਭिड ਪੈਂਦੇ ਨੇ। ਕੋਈ ਇੱਕ ਦੂਸਰੇ ਪਸ਼ੂ ਨਾਲ ਟੱਕਰ ਮਾਰ ਦਿੰਦਾ ਤੇ ਅੰਦਰ ਬੱਚਾ ਹੋ ਸਕਦਾ ਉਹਦੀ ਡੈਥ ਵੀ ਹੋ ਸਕਦੀ ਆ। ਇਹ ਕਈ ਵਾਰੀ ਲੇਵੇ ਦੇ ਉੱਤੇ ਸਰੀਰ ਦੇ ਉੱਤੇ ਕੋਈ ਪਸ਼ੂ ਟੱਕਰ ਮਾਰਦਾ ਜ਼ਖਮ ਕਰ ਦਿੰਦਾ ਤਾਂ ਸਾਡਾ ਨੁਕਸਾਨ ਹੋ ਜਾਂਦਾ। ਤੇ ਜਦੋਂ ਪਸ਼ੂ ਸੌਣ ਦੇ ਸਮੇਂ ਦੇ ਉੱਤੇ ਤਕਰੀਬਨ ਪਸ਼ੂ ਸੌਣ ਵਾਸਤੇ 5-6 ਘੰਟੇ ਲੈ ਲੰਦਾ ਤੇ ਉਹਦਾ ਉਸ ਟਾਈਮ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਆ ਜਿਸ ਜਗ੍ਹਾ ਤੇ ਉੱਤੇ ਪਸ਼ੂ ਨੂੰ ਸਾਨੂੰ ਸੌਣ ਨਾ ਹੈ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਆ ਉੱਤੇ ਕੋਈ ਕਿਸੇ ਤਰ੍ਹਾਂ ਦਾ ਮਲਮੁੱਤਰ ਵਗੈਰਾ ਕੋਈ ਗੰਦਗੀ ਵਗੈਰਾ ਨਹੀਂ ਹੋਣੀ ਚਾਹੀਦੀ ਸਾਫ਼ ਜਗ੍ਹਾ ਹੋਣੀ ਚਾਹੀਦੀ ਆ ਥੱਲੇ ਉਹਦੇ ਤੂੜੀ ਪਰਾਲੀ ਹੋਣੀ ਜ਼ਰੂਰੀ ਆ ਔਰ ਉਸਨ ਦਾ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰ ਹੈ ਜ਼ਰੂਰਤ ਦੀ ਲੋੜ ਹੈਗੀ ਹੈ ਸੂਣ ਸਮੇ ਜਿਹੜਾ ਪਸ਼ੂ ਉਹ ਬੇਚੈਨ ਰਹਿੰਦਾ ਹੈ ਉਹਦੇ ਪੂੜੇ ਢਿੱਲੇ ਹੋ ਜਾਂਦੇ ਆ ਬਾਰ-ਬਾਰ ਪਸ਼ਾਬ ਕਰਦਾ ਆਪਣੇ ਕਿਲੇ ਦੇ ਉੱਤੇ ਗੇੜੇ-ਗੜਦਾ ਰਹਿੰਦਾ ਬੈਠਦਾ ਉੱਠਦਾ ਰਹਿੰਦਾ ਹੈਗਾ ਸੂਣ ਸਮੇ ਪਸ਼ੂ ਦੀ ਪਹਿਲੇ ਮਟਿਆਂਡੀ ਆ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਕੱਟਰੂ ਬਸ਼ਰੂ ਆ ਉਹਦੇ ਬੁੱਤੀ ਤੇ ਖੁਰ ਆ ਜਾਂਦਾ ਹੈਗਾ ਜੇਕਰ ਪਸ਼ੂ ਸਹੀ ਸਲਾਮ ਤਾਂ ਆਪਣੇ ਆਪ ਸੂ ਰਿਹਾ ਹੈ ਕਿ ਸਾਨੂੰ ਉਹਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਔਰ ਉਸ ਜਗ੍ਹਾ ਦੇ ਉੱਤੇ ਸਵਾਣ ਦੀ ਲੋੜ ਹੈ ਜਿੱਥੇ ਕੋਈ ਪਸ਼ੂ ਬੇਚੈਨ ਨਾ ਰਹੇ ਤੇ ਉਹ ਉਹਨੇ ਆਪਣੇ ਹਿਸਾਬ ਦੇ ਨਾਲ ਪਸ਼ੂ ਨੇ ਸੂ ਪੈਂਦਾ ਹੈਗਾ ਤੇ ਜੋਰ ਲਗਾਣਾ ਤੇ ਬੱਚਾ ਬਾਹਰ ਆ ਜਾਂਦਾ ਔਰ ਜੇਕਰ ਅਸੀਂ ਪਸ਼ੂ ਨੂੰ ਆਪ ਸਵਾਣਾ ਤਾਂ ਉਸ ਨੂੰ ਜਿਹੜਾ ਹੈਗਾ ਕਟਰੂ ਬਚਰੂ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਲੇਵੇ ਵੱਲ ਨੂੰ ਸਾਨੂੰ ਖਿੱਚਣ ਦੀ ਲੋੜ ਹੈ ਨਾ ਕਿ ਪਿੱਛੇ ਨੂੰ ਜ਼ੋਰ ਲਾ ਕੇ ਖਿੱਚਣ ਦੀ ਲੋੜ ਹੈ ਕਿਉਂਕਿ ਜੇਕਰ ਆਪਾਂ ਪਿੱਛੇ ਨੂੰ ਜ਼ੋਰ ਨਾਲ ਖਿੱਚਾਂਗੇ ਹੋ ਸਕਦਾ ਉਹਨੂੰ ਅੰਦਰ ਇਨਫੈਕਸ਼ਨ ਵੀ ਹੋ ਸਕਦੀ ਹੈ ਹੌਲੇ ਹੌਲੇ ਲੇਵੇ ਵੱਲ ਨੂੰ ਉਹਨੂੰ ਖਿੱਚਣ ਦੀ ਲੋੜ ਹੈਗੀ ਹੈ ਤੇ ਆਪਣੇ ਆਪ ਕਟਰੂ ਬਚਰੂ ਜਿਹੜਾ ਹੈਗਾ ਮਾਂ ਦੇ ਪੇਟ ਤੋਂ ਬਾਹਰ ਆ ਜਾਂਦਾ ਹੈਗਾ ਫਿਰ ਉਸਨੂੰ ਜਿਹੜਾ ਹੈਗਾ ਮਾਚਰ ਗਾਂ ਜਿਹੜੀ ਹੈਗੀ ਜਦੋਂ ਸੋਣ ਤੋਂ ਬਾਅਦ ਜਿਹੜੀ ਉਹਦਾ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਆ ਉਹਨੂੰ ਜਿਹੜੀ ਮੋਢਲੀ ਖਰਾਕ ਉਹਨੂੰ ਜਿਹੜਾ ਹੈਗਾ ਕਾੜਾ ਵਗੈਰਾ ਸਾਨੂੰ ਜਿਹੜਾ ਦੇਣ ਦੀ ਲੋੜ ਹੈਗੀ ਆ ਕਾੜੇ ਦੇ ਵਿੱਚ ਗੋੜ ਸੋਏ ਮੇਥੇ ਵਗੈਰਾ ਜਿਹੜਾ ਹੈਗਾ ਤਾਰਾ ਮੀਰਾ ਤੇ ਸੁੰਡ ਵਗੈਰਾ ਇਸ ਟਾਈਪ ਦੇ ਜਿਹੜੇ ਹੈਗੇ ਉਹਨੂੰ ਗਰਮ ਕਰਕੇ ਦੇਣਾ ਦਿਨ ਦੇ ਵਿੱਚ ਕਿ ਦੋ ਵਾਰ ਦੇਣ ਦੀ ਲੋੜ ਹੈਗੀ ਆ ਤੇ ਇਹ ਜਿਹੜੀਆਂ ਚੀਜ਼ਾਂ ਉਹਨੂੰ ਅਸੀਂ ਜਿਹੜੇ ਵੀ ਦੇ ਰਹੇ ਨੇ ਉਹਨੂੰ ਇੱਕਦਮ ਉਹਦੇ ਸਰੀਰ ਨੂੰ ਹੀਟ એનર્ਜੀ ਤਾਕਤ ਦਿੰਦੇ ਨੇ ਜਿਹੜੀ ਆ ਉਹਦੀ ਸਰੀਰ ਦੇ ਵਿੱਚ ਘਾਟ ਆਈ ਵੀ ਉਹ ਪੂਰੀ ਹੈਗੀ ਆ ਜਿਹੜੀ ਆ ਉਹ ਸਾਰੀ ਘਾਟ ਪੂਰੀ ਹੋ ਜਾਂਦੀ ਆ ਤੇ ਫਿਰ ਉਹਦਾ ਜਿਹੜਾ ਹੈਗਾ ਪਹਿਲੇ ਤਕਰੀਬਨ 4 ਆ ਦਿਨ ਲਾਇਕ ਹਫਤਾ ਉਹਨੂੰ ਨਰਮ ਦਾਣਾ ਤੇ ਨਰਮ ਪੱਠੇ ਜੇਤੀ ਆਜਮ ਉਹਨਾਂ ਲਈ ਦੇਣੇ ਦੀ ਲੋੜ ਹੈਗੀ ਆ ਕਿਉਂਕਿ ਅੰਦਰ ਜਿਹੜਾ ਬਹੁਤ ਨਰਮ ਹੋਇਆ ਹੋਣਾ ਹੈਗਾ ਸਖਤ ਚੀਜ਼ ਦੇਵਾਂਗੇ ਖੁਰਾਕ ਦੇਵਾਂਗੇ ਉਹ ਪਸ਼ੂ ਸਾਡਾ ਹੋ ਸਕਦਾ ਬਿਮਾਰ ਵੀ ਹੋ ਜਾਏ ਤੇ ਤਕਰੀਬਨ ਖੁਰਾਕ ਦੇ ਨਾਲ ਇੱਕ ਲਗਭਗ ਇੱਕ ਮਹੀਨਾ ਜਿਹੜਾ ਹੈਗਾ ਪਸ਼ੂ ਜਿਹੜਾ ਦੁੱਧ ਵਧਾ ਰਿਹਾ ਰਹਿੰਦਾ ਹੈਗਾ ਜਿੱਦੋਂ ਜਿਉਂ-ਜਿਉਂ ਪਸ਼ੂ ਸਾਡਾ ਦੁੱਧ ਵਧਦਾ ਜਾਂਦਾ ਤੇ ਉਸ ਨੂੰ ਇਸ ਟਾਈਪ ਦੇ ਵਿੱਚ ਖੁਰਾਕੇ ਵੀ ਸਾਨੂੰ ਦੀ ਦੇਣੀ ਦੀ ਲੋੜ ਹੈਗੀ ਆ ਜੇਕਰ ਆਪਣੇ ਪਾਸ 4 ਕਿਲੋ ਦਾਣੇ ਦੇ ਨਾਲ ਵਧੀਆ ਦਾਣਾ ਜਿਹੜਾ ਹੈਗਾ ਉਹਦੇ ਨਾਲ ਪਸ਼ੂ 10 ਕਿਲੋ ਦੁੱਧ ਦੇ ਰਿਹਾ ਹੈਗਾ ਉਹ 4 ਦੀ ਬਜਾਏ ਉਹਨੂੰ 5 ਕਿਲੋ ਦਾਣਾ ਪਾ ਕੇ ਸਾਨੂੰ ਦੇਖਣ ਦੀ ਲੋੜ ਹੈ ਜੇਕਰ 5 5 ਕਿਲੋ ਦੇ ਨਾਲ ਵੀ ਉਹ ਦਸੇ ਦੇ ਰਿਹਾ ਤਾਂ ਉਹਨੂੰ 5 ਕਿਲੋ ਦੀ ਬਜਾਏ 4 ਕਿਲੋ ਦੀ ਦਾਣੇ ਦੀ ਲੋੜ ਹੈਗੀ ਆ ਤੇ ਜੇਕਰ 5 ਕਿਲੋ ਦੇ ਨਾਲ ਉਹ ਦੁੱਧ ਉਹਦਾ ਜ਼ਿਆਦਾ ਵਾਧਾ ਫਿਰ ਉਹ ਦਾਣਾ ਸਾਨੂੰ ਉਸ ਲੈਵਲ ਉਸ ਸਾਹਬ ਨਾਲ ਉਹਦਾ ਵਧਾਣਾ ਚਾਹੀਦਾ ਹੈਗਾ ਤੇ ਇਹ ਸਾਨੂੰ ਇਹਦਾ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਤੇ ਇਦਾਂ ਹੀ ਫਿਰ ਸਾਨੂੰ ਕੱਟਰੂ ਬਸ਼ਰੂ ਜਿਹੜਾ ਹੈਗਾ ਸਾਡੇ ਪਾਸ ਕੱਟੀ ਜਾਂ ਬੱਚੀ ਜਿਹੜਾ ਨਿਊਲੀ ਵਾਰਨ ਕਾਬ ਹੈ ਉਹਦਾ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਬਰਤਤ ਤੋਂ ਬਾਅਦ ਕੱਟੀ ਵਛੀ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਉਹਦੀ ਸਾਫ ਸਫਾਈ ਕਰਕੇ ਉਹਦੇ ਜਿਹੜਾ ਸਰੀਰ ਦੇ ਉੱਤੋਂ ਜਾਲੇ ਵਗੈਰਾ ਤਾਰ ਕੇ ਉਹਦੇ ਕੰਨਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਨਾਸਾਂ ਦੇ ਵਿੱਚੋਂ ਜਿਹੜਾ ਹੈਗਾ ਜਾਲੇ ਵਗੈਰਾ ਤਾਰ ਕੇ ਉਹਨੂੰ ਮੱਝ ਦੇ ਅੱਗੇ ਰੱਖਣਾ ਚਾਹੀਦਾ ਹੈ ਗਾਂ ਦੇ ਅੱਗੇ ਰੱਖਣਾ ਚਾਹੀਦਾ ਹੈਗਾ ਤੇ ਤਕਰੀਬਨ ਅੱਧੇ ਘੰਟੇ ਪੌਣੇ ਘੰਟੇ ਬਾਅਦ ਜਿਹੜਾ ਕੱਟਰੂ ਵਛਰੂ ਹੈ ਉਹ ਖੜਾ ਹੋ ਜਾਂਦਾ ਹੈਗਾ ਤੇ ਉਹਨੂੰ ਜਿੰਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨਾ ਜਲਦੀ ਹੋ ਸਕੇ ਉਹਨੂੰ ਰਜਮੀ ਜਿਹੜੀ ਹੈਗੀ ਆ ਬੌਲੀ ਉਹਦੇ ਬਾਡੀ ਵੇਟ ਦਾ 10ਵਾਂ ਹਿੱਸਾ ਸਾਨੂੰ ਉਹਨੂੰ ਬੌਲੀ ਪੁਲਾਣੀ ਚਾਹੀਦੀ ਹੈ ਲਗਭਗ 3 3.5 ਕਿਲੋ ਦੇ ਕਰੀਬ ਉਹਨੂੰ ਬੌਲੀ ਮਿਲਣੀ ਜ਼ਰੂਰੀ ਹੈ ਕਿਉਂਕਿ ਬੌਲੀ ਦੇ ਵਿੱਚ ਬਹੁਤ ਜ਼ਿਆਦਾ ਐਂਟੀਬਾਡੀਜ਼ ਨੇ ਕੁਦਰਤ ਕੁਦਰਤੀ ਤੌਰ ਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੇ ਜਿਹੜੇ ਖੁਰਾਕੀ ਤੱਤ ਨੇ ਜਿੰਨਾ ਉਹਨੂੰ ਜਲਦੀ ਆਪਾਂ ਪਲਾ ਦੇਵਾਂਗੇ ਉਹਨੂੰ ਇੱਕਦਮ ਹੀਟ એનર્ਜੀ ਤਾਕਤ ਮਿਲਦੀ ਆ ਉਹ ਕੱਟੀ ਬੱਚੀ ਸਾਡੀ ਜ਼ਿਆਦਾ ਕਾਮਯਾਬ ਰਹਿੰਦੀ ਹੈਗੀ ਯਾਰ ਉਸ ਤੋਂ ਬਾਅਦ ਵਰਤ ਤੋਂ ਬਾਅਦ ਉਹਦਾ ਜਿਹੜਾ ਹੈਗਾ 나ੜੂਆ ਕੱਟਣਾ ਸਾਨੂੰ ਜ਼ਰੂਰੀ ਹੈ ਜੇਕਰ ਆਪਾਂ 나ੜੂਆ ਕੱਟਦੇ ਹਾਂ ਤਾਂ ਉਹਨੂੰ ਤਕਰੀਬਨ 1.5 ਤੋਂ 2 ਇੰਚ ਛੱਡ ਕੇ ਕਿਸੇ ਸਾਹ ਕੈਂਚੀ ਦੇ ਨਾਲ ਕਿਰਮਰਹਿਤ ਕੈਂਚੀ ਦੇ ਨਾਲ ਉਹਨੂੰ ਕੱਟਣਾ ਚਾਹੀਦਾ ਤੇ ਉਹਨੂੰ ਉੱਪਰ ਨੂੰ ਮੋੜ ਕੇ ਉਹਦੇ ਉੱਤੇ ਪੋਲਾ ਜਾਂ ਤਾਗਾ ਬੰਨ ਦੇਣਾ ਚਾਹੀਦਾ ਲਪੇਟ ਦੇਣਾ ਚਾਹੀਦਾ ਤੇ ਜਿੱਥੇ ਸੁਰਾਖ ਹੈ ਸੁਰਾਖ ਦੇ ਉੱਤੇ ਸਾਨੂੰ ਟਿੰਚਰਾਇਡਿੰ ਦਾ ਇੱਕ 포ਹਾ ਵੀ ਲਾ ਦੇਣਾ ਚਾਹੀਦਾ ਕਿਉਂਕਿ ਮਿੱਟੀ ਦੇ ਵਿੱਚ ਕੋਈ ਜਵਾਣੂ ਬੈਕਟੀਰੀਆ ਉਸ 나ੜੂਏ ਦੇ ਵਿੱਚ ਨਾ ਜਾਏ ਕਈ ਵਾਰੀ ਆਪਾਂ ਅਸੀਂ ਲੋਕ ਬਹੁਤਾ ਧਿਆਨ ਨਹੀਂ ਦਿੰਦੇ ਹੈਗੇ ਇੱਕ 나ੜੂਏਵਾਲ ਤੇ ਕੱਟੀਵੱਛੀ ਨੂੰ ਸਾਡੀ ਨੂੰ ਨੇਵਲ ਲਿਲ ਦੀ ਬਿਮਾਰੀ ਹੋ ਜਾਂਦੀ ਹੈ ਤੇ ਉਹਨੂੰ ਨੜੂ ਦੇ ਰਹੀਂ ਬੈਕਟੀਰੀਆ ਉੱਪਰ ਚਲੇ ਜਾਂਦੇ ਆ ਨੇਬਲਿੰਗ ਦੀ ਬਿਮਾਰੀ ਹੋ ਜਾਂਦੀ ਆ ਪਾਸ ਪੈ ਜਾਂਦੀ ਆ ਤੇ ਲਾਸਟ ਉਹਦੇ ਵਿੱਚ ਜੇ ਆਪਾਂ ਧਿਆਨ ਨਹੀਂ ਦਿੱਤਾ ਤੇ ਉਹਦੀ ਡੈਥ ਵੀ ਹੋ ਜਾਂਦੀ ਆ ਔਰ ਅਗਲਾ ਪੁਆਇੰਟ ਸਾਡਾ ਹੈਗਾ ਇਹਨੂੰ ਆਪਣਾ ਮਾਂ ਤੇ ਵੱਖਰਾ ਕਰਨਾ ਜੇਕਰ ਇਹ ਦੋ ਟਾਈਪ ਦਾ ਇੱਕ ਸਕਲਿੰਗ ਸਿਸਟਮ ਆ ਇੱਕ ਵਿਨਿੰਗ ਸਿਸਟਮ ਸਕਲਿੰਗ ਸਿਸਟਮ ਜੇਕਰ ਆਪਾਂ ਕੱਟੀ ਬਸ਼ੀ ਨੂੰ ਨੂੰ ਚੰਗ ਮਾਂ ਨੂੰ ਚੰਗਾ ਚੰਗਾਉਨੇ ਆ ਜਿਹੜਾ ਬੀਨਿੰਗ ਸਿਸਟਮ ਐ ਜਿਹੜਾ ਹੈਗਾ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਈ ਵਾਰੀ ਮੱਝ ਸਾਡੇ ਪਾਸ ਮਰ ਜਾਂਦੀ ਹੈਗੀ ਆ ਜਾਂ ਦੁੱਧ ਦੀ ਪੈਦਾਵਾਰ ਦਾ ਸਾਨੂੰ ਪਤਾ ਨਹੀਂ ਹੁੰਦਾ ਕਿੱਟੀ ਬੱਛੀ ਨੂੰ ਸਾਡੇ ਨੂੰ ਪੂਰੀ ਖਰਾਕ ਨਹੀਂ ਮਿਲਦੀ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਦਾਂ ਗਾਇਆਂ ਦੇ ਵਿੱਚ ਵੀ ਅਸੀਂ ਮਤਲਬ ਜਿਹੜਾ ਮਾਰ ਪਰਥ ਤੋਂ ਆ ਬੱਚੀਆਂ ਜਿਹੜੀਆਂ ਨੇ ਮਾਂ ਤੋਂ ਬਖਰੀਆਂ ਕਰ ਦਨੀਆਂ ਨੇ ਤੋਂ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਮਿਣ ਕੇ ਦੁੱਧ ਪਲਾਇਆ ਜਾਂਦਾ ਹੈਗਾ ਤੇ ਇਤਨੀ ਕਟੀਆਂ ਨੂੰ ਵੀ ਜਿਹੜਾ ਹੈਗਾ ਵਰਤ ਤੋਂ ਬਾਅਦ ਜਨਮ ਤੋਂ ਬਾਅਦ ਮੱਝ ਤੋਂ ਵੱਖਰਾ ਕਰਨ ਦੀ ਲੋੜ ਹੈਗੀ ਆ ਉਹਨੂੰ ਮਿਲ ਕੇ ਜਿੱਦਾਂ ਵੀ ਉਹਦੀ ਰਿਕੁਆਇਰਮੈਂਟ ਹੈਗੀ ਰੋਜ਼ ਦੀ 3 1/2 ਕਿਲੋ ਦੁੱਧ ਉਹਨੂੰ ਮਿਲਣਾ ਜ਼ਰੂਰੀ ਹੈਗਾ ਤੇ ਕਈ ਵਾਰੀ ਪਸ਼ੂ ਦੇ ਧਲੇ ਦੁੱਧ ਘੱਟ ਹੁੰਦਾ ਹੈਗਾ ਆਪਾਂ ਕੱਟੀ ਵਸ਼ੀ ਨੂੰ ਜਿਹੜਾ ਜਿਹੜਾ ਦੁੱਧ ਚੋਣ ਬਾਅਦ ਤੇ ਛੱਡ ਦਿੰਨੇ ਆ ਉਹ ਜੇ ਮਾਰਦਾ ਰਹਿੰਦਾ ਥਣ ਦੇ ਲੇਵੇ ਦੇ ਉੱਤੇ ਜਖਮ ਕਰ ਦਿੰਦਾ ਹੈਗਾ ਥਣਾ ਦੇ ਉੱਤੇ ਉਹਦੇ ਨਾਲ ਜਿਹੜਾ ਹੈਗਾ ਸਾਰੇ ਦਾ ਸਾਰਾ ਪਸ਼ੂ ਦਾ ਜਿਹੜਾ ਖਰਾਬ ਹੋ ਜਾਂਦਾ ਇੰਨਾ ਹੀ ਸਾਨੂੰ ਜਿਹੜਾ ਹੈਗਾ ਕਟੀਆਂ ਪੰਛੀਆਂ ਇਹਨਾਂ ਦੀ ਜਿਹੜੀ ਹੈਗੀ ਹੈ ਡੀਹੌਰਨੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਸਿੰਘਾਂ ਦਾ ਕੋਈ ਫਾਇਦਾ ਨਹੀਂ ਹੈਗਾ ਪਸ਼ੂਆਂ ਨੂੰ ਤੇ ਜੇਕਰ ਸਿੰਘ ਸਾਡੇ ਅਸੀਂ ਤੁਰੰਤ ਮਤਲਬ 10-15 ਬੱਚੀ ਜਿਹੜੀ ਹੈ ਉਹਦੇ 15 ਦਿਨ ਬਾਅਦ ਤੇ ਕੱਟੀ ਜਿਹੜੀ ਹੈਗੀ ਹਫ਼ਤੇ 10 ਦਿਨ ਦੇ ਵਿੱਚ ਅਸੀਂ ਸਿੰਘ ਦਾ ਦੰਦਾਗ ਦੰਨੇ ਆ ਤੇ ਉਹ ਬੜੇ ਢੋਡੇ ਜਿਹੜੇ ਪਸ਼ੂ ਨੇ ਸਿੰਘ ਰਹਿਤ ਪਸ਼ੂ ਨੇ ਜਾਦੇ ਵਧੀਆ ਲੱਗਦੇ ਨੇ ਕਈ ਵਾਰੀ ਸਿੰਘਾਂ ਦੇ ਨਾਲ ਪਸ਼ੂ ਆਪ ਦੇ ਵਿੱਚ ਭੇੜ ਜਾਂਦਾ ਪੈਂਦਾ ਹੈ ਬਹੁਤ ਜ਼ਿਆਦਾ ਕੀਮਤੀ ਪਸ਼ੂ ਸਾਡਾ ਆਏਗਾ ਉਹਦਾ ਸਿੰਘ ਟੁੱਟ ਜਾਂਦਾ ਹੈ ਜਾਂ ਮਤਲਬ ਜਿਹੜਾ ਹੈਗਾ ਦੁਬਾਰਾ ਤੇ ਨਾਲ ਸਿੰਘ ਮਾਰਦਾ ਰਹਿੰਦਾ ਹੈ ਕੋਈ ਦਰਖਤ ਬੂਟੇ ਅਸੀਂ ਛੱਡ ਦੇ ਵਿੱਚ ਲਗਾ ਲਗਾਏ ਹੋਏ ਆ ਸ਼ਾਨਦਾਰ ਬੂਟੇ ਆ ਉਹਨਾਂ ਨੂੰ ਖਰਾਬ ਕਰ ਦਿੰਦਾ ਤੋੜ ਦਿੰਦਾ ਇੱਕ ਦੂਸਰੇ ਪਸ਼ੂ ਦੇ ਜ਼ਖਮ ਕਰ ਦਿੰਦਾ ਤੇ ਇਹ ਤੋਂ ਸਾਨੂੰ ਉਸ ਨਾਲ ਸਰਕਾਰਾਂ ਮਿਲ ਜਾਂਦਾ ਕਈ ਵਾਰੀ ਸਿੰਘਾਂ ਦਾ ਕੈਂਸਰ ਵੀ ਹੋ ਜਾਂਦਾ ਹੈਗਾ ਉਹਦੇ ਨਾਮ ਨਾਲ ਜੇਕਰ ਸਿੰਘ ਪਹਿਲੀ ਸ਼ੁਰੂਆਤ ਦੇ ਵਿੱਚ ਦਗਾਏ ਹੋਣਗੇ ਤਾਂ ਉਹ ਤੋਂ ਵੀ ਸਾਨੂੰ ਸਰਕਾਰਾਂ ਮਿਲ ਜਾਏਗਾ ਅਗਲਾ ਜਿਹੜਾ ਪੁਆਇੰਟ ਇਹਦੇ ਵਿੱਚ ਹੈਗਾ ਇਹਨਾਂ ਨੂੰ ਜਿਹੜਾ ਮਹਲਾਪਰਹਿਤ ਕਰਨਾ ਜਿਹੜੇ ਮਲੱਪ ਨੇ ਇੱਕ ਕੱਟੀ ਬੱਚੀ ਦੇ ਪੇੜ ਦੇ ਵਿੱਚ ਮਾਂ ਦੇ ਪੇੜ ਦੇ ਵਿੱਚੋਂ ਹੀ ਆ ਜਾਂਦੇ ਆਂ ਕਈ ਵਾਰੀ ਅਸੀਂ ਕਹਿੰਦੇ ਆਂ ਵੀ ਅਸੀਂ ਕਦੇ ਕੋਈ ਦਵਾਰ ਨਹੀਂ ਝਟਣ ਦਿੱਤੀ ਅਸੀਂ ਕੋਈ ਮਿੱਟੀ ਨਹੀਂ ਝਟਣ ਦਿੱਤੀ ਅਸੀਂ ਕੋਈ ਬੜਾ ਧਿਆਨ ਰੱਖਿਆ ਹੈਗਾ ਪਰ ਇਹ ਜਿਹੜੇ ਮਾਂ ਦੇ ਪੇੜ ਦੇ ਵਿੱਚ ਉਹ ਨਾੜੂਏ ਦੇ ਰਾਹੀਂ ਜਿਹੜਾ ਖੂਨ ਦੀ ਨਾਲ ਆਗਦੇ ਨਾਲ ਜਿਹੜੀ ਇਹ ਮਲੱਪਾਂ ਦੇ ਕੀੜਿਆਂ ਦੇ ਜਿਹੜੇ ਪੇੜ ਦੇ ਕੀੜਿਆਂ ਦੇ ਆਂਡੇ ਆ ਜਾਂਦੇ ਆਂ ਤੇ ਉਹ ਜਿਹੜਾ ਹੈ ਜਦੋਂ ਬਰਥ ਤੋਂ ਬਾਅਦ ਕੱਟੀ ਵਛੀ ਨੇ ਜਨਮ ਲਿਆ ਤੇ ਉਹ ਜਿਹੜਾ ਦੁੱਧ ਪਲਾਉਣ ਦੇ ਨਾਲ ਆਂਡਿਆਂ ਤੋਂ ਜੂਨਾ ਮਲੱਪ ਬਣ ਜਾਂਦੇ ਆ ਔਰ ਬੜੀ ਤੇਜ਼ੀ ਦੇ ਨਾਲ ਇਹਨਾਂ ਦਾ ਵਾਧਾ ਹੁੰਦਾ ਹੈਗਾ ਤੇ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈਗੀ ਆ ਵੀ ਇਹਦਾ ਵੀ ਇਲਾਜ ਸਮੇਂ ਸਿਰ ਸਹੀ ਵਕਤ ਤੇ ਉੱਤੇ ਕਰਨਾ ਚਾਹੀਦਾ ਡਾਕਟਰ ਦੀ ਸਲਾਹ ਦੇ ਨਾਲ ਸਾਨੂੰ ਸਮੇਂ ਸਿਰ ਦਵਾਈ ਦੇਣੀ ਚਾਹੀਦੀ ਹੈ 15-20 ਦਿਨ ਬਾਅਦ ਮਹੀਨੇ ਬਾਅਦ 3 ਮਹੀਨੇ ਬਾਅਦ 6 ਮਹੀਨੇ ਬਾਅਦ ਜੇਕਰ ਅਸੀਂ ਆਪਣੇ ਕੱਟੀਵੱਛੀ ਨੂੰ ਮਲੱਪਾਂ ਦੀ ਦਵਾਈ ਦੰਨੇ ਆ ਤਾਂ ਉਹ ਕਦੇ ਵੀ ਕੱਟੀਵੱਛੀ ਸਾਡੀ ਮਲੱਪਾਂ ਦੇ ਨਾਲ ਮਰਦੀ ਨਹੀਂ ਹੈ ਜਿਹੜੇ ਕੱਟਰੂ ਬਛਰੂ ਦੇ ਪੇੜ ਦੇ ਵਿੱਚ ਮਲੱਪ ਹੁੰਦੇ ਨੇ ਉਹਦਾ ਜਿਹੜਾ ਹੈਗਾ ਅੱਖਾਂ ਦੇ ਵਿੱਚੋਂ ਪਾਣੀ ਜਾਏਗਾ ਸੁਸਤ ਰਹੇਗਾ ਚਮੜੀ ਖੁਰਦਰੀ ਹੋ ਜਾਏਗੀ ਵਾਲ ਗੁਰਦਰੇਜੇ ਹੋ ਜਾਂਦੇ ਆ ਤੇ ਪੇਟ ਉਹਦਾ ਵੱਡਾ ਸਾਰਾ ਢੋਲਗੀ ਦੀ ਤਰ੍ਹਾਂ ਹੋ ਜਾਂਦਾ ਹੈ ਤੇ ਪਿਛਲੀਆਂ ਲੱਤਾਂ ਤੋਂ ਉਹਨੂੰ ਤੁਰਨ ਦੇ ਵਿੱਚ ਕਾਫੀ ਮੁਸ਼ਕਿਲਾਂ ਆਉਂਦੀ ਆ ਉਸ ਸਮੇਂ ਉਹਦੇ ਵਿੱਚ ਜਿਹੜੇ ਬਹੁਤ ਜ਼ਿਆਦੇ ਪੇੜ ਪੇੜ ਦੇ ਵਿੱਚ ਮੁਲਾਪ ਨੇ ਤੇ ਉਹ ਤਾਂ ਇਦਾਂ ਦਾ ਜਿਹੜਾ ਕੱਟੂ ਕੱਟੀ ਬੱਛੀ ਆ ਉਹਦਾ ਬਹੁਤ ਜ਼ਰੂਰੀ ਆ ਉਹਦਾ ਮੁਲਾਪ ਰਹਿਤ ਕਰਨਾ ਉਹਨੂੰ ਸਮੇਂ ਸਿਰ ਦਵਾਈ ਦੇਣੀ ਤੇ ਜ਼ਿਆਦਾਤਰ ਸਾਡੇ ਪਾਸ ਕਟੀਆਂ ਬੱਛੀਆਂ ਜਿਹੜੀਆਂ ਨੇ ਇਹ ਚੀਚਰਾਂ ਦੇ ਨਾਲ ਮਰਦੀਆਂ ਨੇ ਸੋ ਚੀਚਰਾਂ ਦਾ ਜਿਹੜਾ ਹੈਗਾ ਇਹ ਸਾਨੂੰ ਇਹਦੇ ਵੀ ਸਾਨੂੰ ਇਲਾਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਜ਼ਿਆਦਾਤਰ ਚੀਚੜ ਨੇ ਜਿਹੜੇ ਹੈ ਗਰਮੀ ਦੇ ਮੌਸਮ ਦੇ ਵਿੱਚ ਜਿਹੜੇ ਹੈਗੇ ਪਾਈ ਜਾਂਦੇ ਆ ਜਦੋਂ ਬਰਸਾਤ ਦੇ ਦਿਨਾਂ ਦੇ ਵਿੱਚ ਜਿਸ ਸਮੇਂ ਹਿਊਮਿਲਟੀ ਜ਼ਿਆਦਾ ਹੈਗੀ ਆ ਉਸ ਟਾਈਮ ਜ਼ਿਆਦਾ ਇਹਨਾਂ ਦਾ ਹਮਲਾ ਹੈ ਇਹ ਮੈਂ ਪਹਿਲੀ ਸ਼ੁਰੂਆਤ ਦੇ ਵਿੱਚ ਹੀ ਇੱਕ ਗੱਲ ਕਹੀ ਸੀਗੀ ਧਿਆਨ ਦੀ ਗੱਲ ਜੇਕਰ ਸਾਡਾ ਇਹ ਕੀਤੇ ਵੱਲ ਪੂਰਾ ਧਿਆਨ ਹੈਗਾ ਤਾਂ ਅਸੀਂ ਲੋਕ ਇਹਦੇ ਵੀ ਜ਼ਿਆਦਾ ਕਾਮਯਾਬ ਹੈ ਜੇਕਰ ਸਾਡਾ ਬਹੁਤਾ ਧਿਆਨ ਨਹੀਂ ਤਾਂ ਇਹ ਕੀਤਾ ਬਹੁਤੀ ਤਵਜੋ ਨਹੀਂ ਅਸੀਂ ਦੇ ਰਹੇ ਤਾਂ ਇਹ ਸਾਡਾ ਇਸ ਮਜਾਦੇ ਤਰਫੇਲ ਵੀ ਹੈ ਔਰ ਇਹਦੇ ਵਿੱਚ ਜਿੱਥੇ ਸਾਡਾ ਸ਼ੈੱਡ ਦੀ ਸਾਫ ਸਫਾਈ ਹੋਣੀ ਜ਼ਰੂਰੀ ਹੈ ਜਿਹੜੇ ਛੱਡ ਦੇ ਵਿੱਚ ਸਾਡੀ ਪ੍ਰੋਪਰ ਸਾਫ ਸਫਾਈ ਨਹੀਂ ਹੈ ਇਹ ਛੱਡ ਦੇ ਆਲੇ-ਦੁਆਲੇ ਦੀ ਸਾਫ ਸਫਾਈ ਨਹੀਂ ਹੈ ਉਸ ਏਰੀਏ ਦੇ ਵਿੱਚ ਉਹ ਜਗ੍ਹਾ ਦੇ ਉੱਤੇ ਚਿਚੜਾਂ ਦਾ ਜ਼ਿਆਦਾ ਹਮਲਾ ਜਿੱਥੇ ਛੱਡ ਦੇ ਆਲੇ-ਦੁਆਲੇ ਦੀ ਜ਼ਿਆਦਾ ਸਾਫ ਸਫਾਈ ਹੈ ਤੇ ਜ਼ਿਆਦਾ ਛੱਡ ਦੇ ਅੰਦਰ ਸਾਫ ਸਫਾਈ ਹੈ ਉੱਥੇ ਇਹ ਚਿਚੜ ਬਹੁਤ ਘੱਟ ਮਾਤਰਾ ਦੇ ਵਿੱਚ ਮਿਲਦੇ ਆਂ ਔਰ ਇਹਨਾਂ ਦਾ ਕਟੀਆਂ ਦੇ ਬੱਚੀਆਂ ਤੇ ਤੇ ਗਾਇਆਂ ਦੇ ਉੱਤੇ ਜ਼ਿਆਦਾਤਰ ਹਮਲਾ ਹੈਗਾ ਇੱਕ ਚਿਚੜ ਤਕਰੀਬਨ ਇੱਕ ਸਮੇਂ ਦੇ ਵਿੱਚ ਰਾਤ ਨੂੰ ਜੇਕਰ ਆਪਾਂ 10 11 ਵਜੇ ਸ਼ਹਿਰ ਦੇ ਵਿੱਚ ਲਾਈਟ ਜਗਾ ਕੇ ਦੇਖਦੇ ਆਂ ਛੋਟੇ ਬੱਚੇ ਜਿਹੜੇ ਉਹਨਾਂ ਦੇ ਉੱਤੇ ਬੱਚੀਆਂ ਕਟੀਆਂ ਦੇ ਉੱਤੇ ਤੇ ਗਾਈਆਂ ਦੇ ਸਰੀਰ ਦੇ ਉੱਤੇ ਮੋٹے ਮੋٹے ਸਾਨੂੰ ਚਿਚੜ ਨਜ਼ਰ ਆਉਂਦੇ ਆਂ ਜਾਂ ਜਿਹੜਾ ਸਾਡੇ ਫਰਸ਼ ਲੱਗਿਆ ਹੋਆ ਹੈਗਾ ਬਣਾ ਲਾਇਆ ਬਣਾਇਆ ਹੋਆ ਫਰਸ਼ ਦੇ ਉੱਤੇ ਵੀ ਸਾਨੂੰ ਮੋٹے ਮੋٹے ਚਿਚੜ ਨਜ਼ਰ ਆਉਂਦੇ ਆਂ ਇੱਕ ਇਹਨੂੰ ਇੱਕ ਵਾਰ ਜਦੋਂ ਖੂਨ ਚੋਸਣ ਦੇ ਨਾਲ 6 ਮਹੀਨੇ ਨੂੰ ਕੋਈ ਖੁਰਾਕ ਦੀ ਲੋੜ ਨਹੀਂ ਹੈ। ਇੱਕ ਟਾਈਮ ਦੇ ਵਿੱਚ ਤਕਰੀਬਨ ਅੱਧਾ ਪੌਣਾ ਐਮ ਐਲ ਦੇ ਕਰੀਬ ਇੱਕ ਚੀਚਰ ਖੂਨ ਪਸ਼ੂ ਦਾ ਚੋਸ ਲੰਦਾ। ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਤਕਰੀਬਨ 3 ਐਮ ਐਲ ਤੱਕ ਖੂਨ ਚੋਸ ਲੰਦਾ। ਔਰ ਉਸ ਤੋਂ ਬਾਅਦ ਇੱਕ ਵਾਰ ਖੂਨ ਚੋਸਣ ਤੋਂ ਬਾਅਦ 6 ਮਹੀਨੇ ਇਹਨੂੰ ਕਿਸੇ ਟਾਈਪ ਦੀ ਕੋਈ ਖੁਰਾਕ ਦੀ ਲੋੜ ਨਹੀਂ ਹੈ ਔਰ ਇਹ ਅੰਡੇ ਦੇਣੇ ਦਾ ਕੰਮ ਚਾਲੂ ਕਰ ਦਿੰਦਾ। ਔਰ ਇਹਦੇ ਨਾਲ ਕੌਣ ਚੂਸਨ ਦੇ ਨਾਲ ਪਸ਼ੂ ਦੇ ਸਰੀਰ ਦੇ ਵਿੱਚ ਇੱਕ ਬੈਕਟੀਰੀਆ ਛਾੜ ਦਿੰਦਾ ਹੈ ਜਿਹਦੇ ਨਾਲ ਪਸ਼ੂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਉਹਦੇ ਚਮੜੀ ਦਾ ਰੋਗ ਖਾਰਸ਼ ਜਾਂ ਜਾਂ ਪਸ਼ੂ ਦੇ ਜਿਹੜਾ ਪਿਸ਼ਾਬ ਦੇ ਵਿੱਚ ਖੂਨ ਆਣਾ ਤੇ ਉਹਦੇ ਇਸ ਟਾਈਪ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਉਹਦਾ ਬਹੁਤ ਇਲਾਜ ਵੀ ਬਹੁਤ ਜ਼ਿਆਦਾ ਮਹਿੰਗਾ ਤੇ ਸਾਡਾ ਜ਼ਿਮੀਂਦਾਰ ਭਰਾਮ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਇਸ ਵਾਸਤੇ ਮੇਰੀ ਜ਼ਿਮੀਂਦਾਰ ਭਰਾਮ ਨੂੰ ਇਹ ਰਾਏ ਹੈਗੀ ਹੈ ਕਿ ਆਪਣੇ ਸਾਰੇ ਪਸ਼ੂਆਂ ਨੂੰ ਡਾਕਟਰ ਦੀ ਸਲਾਹ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਦਵਾਈ ਲਾਓ ਉਹਨਾਂ ਮਾਰਕੀਟ ਦੇ ਵਿੱਚ ਦਵਾਈਆਂ ਅਵੇਲੇਬਲ ਨੇ ਡਾਕਟਰ ਲੋਕਲ ਡਾਕਟਰ ਦੀ ਸਲਾਹ ਦੇ ਨਾਲ ਦਵਾਈ ਉਹਨੂੰ ਚੰਗੀ ਤਰ੍ਹਾਂ ਨਹਾ ਕੇ ਉਹਦੇ ਸਾਰੇ ਸਰੀਰ ਦੇ ਉੱਤੇ ਦਵਾਈ ਲਾਵਾਂਗੇ ਛੋਟੇ ਕਟੀਆਂ ਬੱਚੀਆਂ ਦੇ ਉੱਤੇ ਦਵਾਈ ਦਵਾਈ ਲਾਵਾਂਗੇ ਉਹ ਉਹੀ ਦਵਾਈ ਆਪਾਂ ਮਤਲਬ ਜਿਹੜੀ ਛੱਡ ਦੇ ਵਿੱਚ ਵੀ ਸਪਰੇਅ ਕਰਾਂਗੇ ਤਾਂ ਸਾਡੇ ਕਦੇ ਵੀ ਕਟੀਆਂ ਬਛੀਆਂ ਜਿਹੜੀਆਂ ਜਾਂ ਗਾਈਆਂ ਨੇ ਉਹਨਾਂ ਦੇ ਕੋਈ ਚੇਚਨਾ ਦਾ ਇਦਾਂ ਦਾ ਰੋਗ ਨਹੀਂ ਲੱਗੇਗਾ। ਅਗਲਾ ਪੁਆਇੰਟ ਇਹਦੇ ਵਿੱਚ ਹੈਗਾ ਵੀ ਸਾਡੇ ਜਿਹੜੀ ਖੁਰਾਕ ਦਾ ਕੱਟੀ ਬਛੀ ਨੂੰ ਜਿਹੜੀ ਹੈਗੀ ਆ ਉਹਨੂੰ ਪਹਿਲੇ ਮਹੀਨੇ 3.5 ਕਿਲੋ ਦੁੱਧ ਮਿਲਣਾ ਜ਼ਰੂਰੀ ਹੈਗਾ। ਜਦੋਂ ਪਪਸ਼ ਸਾਡੇ ਪਾਸ ਕੱਟੀ ਜਾਂ ਬਛੀ ਤੋੜੇ ਪੱਠੇ ਖਾਣੇ ਚਾਲੂ ਕਰ ਦਿੱਤੇ ਤੇ ਨਾਲ ਉਹਨੂੰ ਦਾਣੇ ਦੀ ਵੀ ਜ਼ਰੂਰਤ ਹੈਗੀ ਆ ਤੇ ਉਸ ਨੂੰ ਜਿਹੜਾ ਹੈਗਾ ਰੱਜਮਾ ਦਾਣਾ ਤੇ ਨਾਲ ਉਹਨੂੰ ਜਿੰਨੇ ਕੁ ਪੱਠੇ ਖਾ ਸਕਦਾ ਉਹ ਪੱਠੇ ਤੇ ਨਾਲ ਉਹਨੂੰ ਦੁੱਧ ਦੀ ਲੋੜ ਹੈਗੀ ਆ ਪਹਿਲੇ 3 ਦਿਨ ਉਹਨੂੰ ਜਿਹੜੀ ਹੈਗੀ ਆ ਰੱਜਮੀ ਬੋਲੀ ਜਿਹੜੀ ਹੈਗੀ ਜਿੰਦਾ ਰეკਮੈਂਡਡ 3.5 ਕਿਲੋ ਦੀ ਲੋੜ ਹੈਗੀ ਆ 4-5 ਦਿਨ ਤੋਂ ਬਾਅਦ ਇੱਕ ਮਹੀਨੇ ਤੱਕ ਉਹਨੂੰ 3 ਕਿਲੋ ਜਿਹੜਾ ਹੈਗਾ ਦੁੱਧ ਦੀ ਲੋੜ ਹੈਗੀ ਆ ਪਹਿਲੇ ਮਹੀਨੇ ਤੋਂ ਦੂਜੇ ਮਹੀਨੇ ਤੱਕ ਉਹਨੂੰ 4 ਕਿਲੋ ਜਿਹੜੀ ਹੈਗੀ ਆ ਦੁੱਧ ਦੀ ਲੋੜ ਆ ਤੇ ਦੂਜੇ ਤੋਂ ਤੀਜੇ ਮਹੀਨੇ ਤੱਕ 3.5 ਕਿਲੋ 4.5 ਕਿਲੋ ਸੌਰੀ ਉਹਨੂੰ ਦੁੱਧ ਦੀ ਲੋੜ ਹੈਗੀ ਹੈ ਤੇ ਉਸ ਤੋਂ ਬਾਅਦ ਤੀਜੇ ਤੋਂ 6 ਮਹੀਨੇ ਤੱਕ 1 ਕਿਲੋ ਦੁੱਧ ਦੀ ਲੋੜ ਹੈਗੀ ਆ 6 ਮਹੀਨੇ ਦੀ ਉਮਰ ਦੇ ਵਿੱਚ ਉਹ ਪੱਠੇ ਵੀ ਪੂਰੇ ਖਾਣ ਲੱਗ ਜਾਂਦਾ ਤੇ ਦਾਣਾ ਵੀ ਪੂਰਾ ਖਾਣ ਲੱਗ ਜਾਂਦਾ ਤੇ ਉਸ ਨੂੰ ਜਿਹੜੀ ਹੈਗੀ ਤਕਰੀਬਨ ਅੱਧਾ ਕਿਲੋ ਉਹਨੂੰ ਦਾਣਾ ਤੇ ਰੱਜਵੇਂ ਉਹਨੂੰ ਜਿਹੜੇ ਹੈਗੇ ਹਰਾ ਚਾਰਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਇਹ ਕਟੀਆਂ ਬੱਚਿਆਂ ਦੀ ਪੂਰੀ ਸੰਭਾਲ ਕਰਦੇ ਆਂ ਦੇਖ ਪਾਲ ਕਰਦੇ ਆ ਤਾਂ ਸਾਡਾ ਜਿਹੜਾ ਫਾਰਮਰ ਏ ਜ਼ਿਆਦਾ ਕਾਮਯਾਬ ਹੈ ਕਿਉਂਕਿ ਕਟੀਆਂ ਬੱਚੀਆਂ ਜੇਕਰ ਸਾਡੇ ਕੋਲ ਬਚਦੀਆਂ ਨੇ ਤਾਂ ਸਾਡਾ ਕਟੀਆਂ ਬੱਚੀਆਂ ਜੀਮੀਦਾਰ ਦਾ سرمਾਇਆ ਨੇ ਸਾਡੇ ਸਭ ਨਾਲ ਜੇਕਰ ਅਸੀਂ ਕੱਟੀ ਪਛੀ ਸਹੀ ਚੰਗੀ ਨਸਲ ਦੀ ਕੱਟੀ ਹੈ ਚੰਗੀ ਨਸਲ ਦੀ ਬੱਚੀ ਪਾਲੀ ਹੈ ਇੱਕ ਕੱਟੀ ਤਿਆਰ ਕਰਨ ਦੇ ਉੱਤੇ ਇੱਕ ਬੱਚੀ ਤਿਆਰ ਕਰਨ ਦੇ ਉੱਤੇ ਤਕਰੀਬਨ ਸਾਡਾ 40-45000 ਰੁਪਏ ਦੇ ਕਰੀਬ ਖਰਚਾ ਆ ਜਾਂਦਾ ਜਿਹੜੀ ਕੱਟੀ ਤੋਂ 3 1/2 ਸਾਲ ਦੀ ਕੱਟੀ ਦੇ ਪਾਸੋਂ ਅਸੀਂ ਸੂਆ ਲੈਣਾ ਉਸ ਅਪ ਟੂ ਸੋਣ ਤੀਕ ਦਾ ਉਹਦਾ ਜਿਹੜਾ ਖਰਚਾ ਹੈਗਾ ਇਹਨਾਂ ਆ ਜਾਂਦਾ 40.45 ਦੇ ਕਰੀਬ 1000 ਦੇ ਕਰੀਬ ਔਰ ਜੇਕਰ ਅਸੀਂ ਪੂਰਾ ਧਿਆਨ ਦੰਨੇ ਆ ਪੂਰਾ ਸੰਭਾਲ ਕਰਦੇ ਆ ਤਾਂ ਉਹ ਸਾਨੂੰ ਸੂਆ ਵੀ ਜਲਦੀ ਮਿਲੇਗਾ ਤੇ ਉਹਨਾਂ ਦੇ ਪਾਸੋਂ ਤੇ ਇੱਕ ਬੱਚਾ ਵੀ ਸਾਨੂੰ ਜਲਦੀ ਮਿਲੇਗਾ ਤੇ ਸਾਡਾ ਜ਼ਿੰਮੇਵਾਰ ਭਰਾ ਜਿਹੜਾ ਹੈਗਾ ਜਾਦਾ ਕਾਮਯਾਬੇ ਦੇ ਵਿੱਚ ਹੋਏਗਾ ਕੋਸ਼ਿਸ਼ ਕਰਨੀ ਚਾਹੀਦੀ ਆ ਸਾਨੂੰ ਕਟੀਆਂ ਬੱਚਿਆਂ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਆ ਤੇ ਜਿਹੜੀਆਂ ਇਹ ਗੱਲਾਂ ਬਾਤਾਂ ਇਹਨਾਂ ਕਟੀਆਂ ਬੱਚਿਆਂ ਨੂੰ ਸਾਨੂੰ ਗਰਮੀ ਦੇ ਸਮੇਂ ਮੌਸਮ ਦੇ ਅਨੁਸਾਰ ਗਰਮੀ ਜ਼ਿਆਦਾ ਗਰਮੀ ਜ਼ਿਆਦਾ ਸਰਦੀ ਤੋਂ ਵੀ ਬਚਾਉਣਾ ਚਾਹੀਦਾ ਹੈਗਾ ਸਰਦੀਆਂ ਦੇ ਮੌਸਮ ਦੇ ਵਿੱਚ ਇਸ ਦੇ ਥੱਲੇ ਜਿਹੜਾ ਹੈਗਾ ਤੂੜੀ ਪਰਾਲੀ ਇਹ ਵਿਛਾ ਕੇ ਰੱਖਣੀ ਚਾਹੀਦੀ ਹੈ ਸਿੱਧੀ ਜਿਹੜੀ ਸ਼ੀਤ ਲਾ ਰਹੀ ਹੈ ਉਹ ਤੋਂ ਬਚਾ ਕੇ ਰੱਖਣਾ ਚਾਹੀਦਾ ਤੇ ਜਿਹੜੇ ਇਹ ਜਿਹੜੇ ਪੁਆਇੰਟ ਨੇ ਇਹ ਨੁਕਤੇ ਨੇ ਕਟੀਆਂ ਬਛੀਆਂ ਦੀ ਸੰਭਾਲ ਵਾਸਤੇ ਇਹਦੇ ਵੱਲ ਸਾਨੂੰ ਬਹੁਤ ਜ਼ਿਆਦਾ ਤਵੱਜਹਾਂ ਧਿਆਨ ਦੇਣ ਦੀ ਲੋੜ ਹੈਗੀ ਆ। ਥੈਂਕ ਯੂ। ਸੰਤੁਲਿਤ ਪਸ਼ੂ ਖੁਰਾਕ ਹਰੇ ਚਾਰੇ ਤੋਂ ਇਲਾਵਾ ਦੁੱਧ ਪੈਦਾ ਕਰਨ ਲਈ ਸਾਨੂੰ ਪਸ਼ੂ ਨੂੰ ਦਾਣਾ ਵੰਡ ਪਾਉਣ ਦਾ ਬਹੁਤ ਜ਼ਰੂਰੀ ਆ। ਖੁਰਾਕ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਿਆ ਜਾਂ ਵੰਡਦੇ ਆ ਨੰਬਰ 1 ਪਾਣੀ ਤੇ ਨੰਬਰ 2 ਖੁਸ਼ਕ ਪਦਾਰਥ ਪਹਿਲੇ ਆਪਾਂ ਪਾਣੀ ਦੀ ਗੱਲ ਕਰ ਲਈਏ ਦੁੱਧ ਪੈਦਾ ਕਰਨ ਲਈ ਪਾਣੀ ਦੀ ਬਹੁਤ ਪਾਣੀ ਦਾ ਬਹੁਤ ਅਹਿਮ ਰੋਲ ਆ ਦੁੱਧ ਦੀ ਕੰਪੋਜੀਸ਼ਨ ਦੇ ਮੁਤਾਬਕ ਦੁੱਧ ਦੀ ਮੰਤਰ ਦੇ ਮੁਤਾਬਕ ਦੁੱਧ ਦੇ ਵਿੱਚ 85% ਦੇ ਲਗਭਗ ਪਾਣੀ ਆ ਪਸ਼ੂ ਦੇ ਸਰੀਰ ਦੇ ਵਿੱਚ ਵੀ ਤਕਰੀਬਨ 65 ਤੋਂ 70% ਦੇ ਕਰੀਬ ਪਾਣੀ ਆ ਪਸ਼ੂ ਜੋ ਪੱਠੇ ਖਾਂਦਾ ਹਰੇ ਸੁੱਕੇ ਪੱਠੇ ਪਾਂ ਖਾਂਦਾ ਉਹਨੂੰ ਹਾਜਮ ਕਰਨ ਵਾਸਤੇ ਪਸ਼ੂ ਨੂੰ ਪਾਣੀ ਦੀ ਕਾਫੀ ਜ਼ਿਆਦਾ ਜ਼ਰੂਰਤ ਆ ਪਸ਼ੂ ਦਿਨ ਦੇ ਵਿੱਚ 8-10 ਵਾਰ ਗੋਹਾ ਕਰਦਾ ਤੇ ਤਕਰੀਬਨ ਉਹਦੇ ਵਿੱਚ 85% ਦੇ ਕਰੀਬ ਪਾਣੀ ਆ ਤੇ 10 ਤੋਂ 12 ਵਾਰ ਪਿਸ਼ਾਅ ਕਰਦਾ ਉਸ ਦੇ ਵਿੱਚ ਵੀ 92% ਪਾਣੀ ਆ 1 ਲੀਟਰ ਦੁੱਧ ਪੈਦਾ ਕਰਨ ਵਾਸਤੇ ਪਸ਼ੂ ਨੂੰ 4-5 ਲੀਟਰ ਪਾਣੀ ਦੀ ਲੋੜ ਆ ਹਰ ਰੋਜ਼ ਪਸ਼ੂ 80 ਤੋਂ ਲੈ ਕੇ 100 ਲੀਟਰ ਦੇ ਇੱਕ ਪਾਣੀ ਪੀ ਲੰਦਾ ਹੈ ਪਹਿਲਾ ਪੁਆਇੰਟ ਤਾਂ ਇਹ ਹੀ ਹੈ ਵੀ ਸਾਨੂੰ ਆਪਣੇ ਪਸ਼ੂਆਂ ਨੂੰ ਜਿਹੜਾ ਹੈਗਾ ਜੀ ਇਹਦੇ ਉੱਤੇ ਸਾਡਾ ਕੋਈ ਖਾਸ ਖਰਚ ਨਹੀਂ ਹੈ ਤਾਜ਼ਾ ਸਾਫ਼ ਸੁਥਰਾ ਸਾਫ਼ ਪਾਣੀ ਮੌਸਮ ਦੇ ਹਿਸਾਬ ਦੇ ਨਾਲ ਤਾਜ਼ਾ ਪਾਣੀ ਇਹ ਪਲਾਣ ਦੀ ਜ਼ਰੂਰਤ ਹੈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਸਾਡੇ ਪਸ਼ੂ ਖੁੱਲੇ ਹੋਣ ਕਿਉਂਕਿ ਖੁੱਲੇ ਪਸ਼ੂ ਆਪਣੇ ਦਿਨ ਦੇ ਵਿੱਚ ਘਟੋਗਾ ਢੱਡ 10 ਵਾਰ ਪਾਣੀ ਪੀ ਲੈਂਦੇ ਨੇ ਮੌਸਮ ਦੇ ਅਸਾਬ ਦੇ ਨਾਲ ਗਰਮੀਆਂ ਦੇ ਵੀ ਜ਼ਿਆਦਾ ਤੇ ਸਰਦੀਆਂ ਦੇ ਵਿੱਚ ਘੱਟ ਜੇਕਰ ਸਾਡੇ ਪਸ਼ੂ ਬੰਨੇ ਹੋਏ ਨੇ ਉਹਨਾਂ ਨੂੰ ਵੀ ਮੌਸਮ ਦੇ ਅਸਾਬ ਦੇ ਨਾਲ ਗਰਮੀਆਂ ਦੇ ਵੀ ਘੱਟੋ ਘੱਟ 3-4 ਵਾਰ ਤੇ ਸਰਦੀਆਂ ਦੇ ਵਿੱਚ 2 ਵਾਰ ਪਾਣੀ ਪਲਾਣਾ ਜ਼ਰੂਰੀ ਹੈ ਜੇਕਰ ਆਪਾਂ ਇਹ ਡੇਰੀ ਕੀਤੇ ਦੇ ਵਿੱਚ ਜ਼ਿਆਦਾ ਦੁੱਧ ਲੈਣਾ ਜ਼ਿਆਦਾ ਮੁਨਾਫਾ ਲੈਣਾ ਫੇਰ ਜਿਹੜੀ ਖੁਰਾਕ ਹੈ ਇਸ ਨੂੰ ਵੀ ਅੱਗੇ ਵੀ ਮਤਲਬ ਜਿਹੜੀ ਖੁਸ਼ਕ ਪਦਾਰਥ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਇੱਕ ਚਾਰਾ ਹੈ ਦੂਸਰਾ ਦਾਣਾ ਹੈ ਚਾਰਾ ਦੋ ਤਾਈ ਵਦਾ ਹੈਗਾ ਇੱਕ ਫਲੀਦਾਰ ਚਾਰਾ ਤੇ ਇੱਕ ਸਿੱਟੇਦਾਰ ਚਾਰਾ ਫਲੀਦਾਰ ਚਾਰੇ ਦੇ ਵਿੱਚੋਂ ਪਸ਼ੂ ਨੂੰ ਮਿਲਦਾ ਪ੍ਰੋਟੀਨ ਤੇ ਸਿੱਟੇਦਾਰ ਚਾਰੇ ਜਿਹੜੇ ਵੀ ਹਨ ਉਹਦੇ ਵਿੱਚੋਂ ਪਸ਼ੂ ਨੂੰ ਮਿਲਦਾ ਹੈਗਾ ਕਾਰਬੋਹਾਈਡਰੇਟ نشਾਸ਼ਤਾ ਖੰਡਾਂ ਜਦੋਂ ਦੋਨੋਂ ਚਾਰਿਆਂ ਨੂੰ ਆਪਾਂ ਰਲਾ ਮਿਲਾ ਕੇ ਇਕੱਠਾ ਕਰਕੇ ਪਾਵਾਂਗੇ ਤਾਂ ਪਸ਼ੂ ਦੀ ਦੁੱਧ ਪੈਦਾ ਕਰਨ ਦੀ ਜਰੀ ਹੈਗੀ ਹੈ ਜਿਆਦਾ ਕੀਤਾ ਜਾਂਦ ਕਰਦਾ ਹੈਗਾ ਸਾਡੇ ਪਾਸ ਜਿਹੜੀਆਂ ਮੱਝਾਂ ਨੇ 6 ਲੀਟਰ ਦੁੱਧ ਦੇਣ ਵਾਲੀਆਂ ਨੇ ਤੇ ਸਾਡੇ ਪਾਸ ਗਾਈਆਂ 89 ਲੀਟਰ ਦੁੱਧ ਦੇਣ ਵਾਲੀਆਂ ਨੇ ਉਹਨਾਂ ਨੂੰ ਸਾਨੂੰ ਜਿਹੜਾ ਹੈਗਾ ਜੇਕਰ ਅਸੀਂ ਉਹ 40 ਤੋਂ 50 ਕਿਲੋ ਤੀਕ ਹਰ ਰਾਲਮੇ 40 45 ਕਿਲੋ ਰਾਲਮਾ ਮਿਲਮਾ ਹਰਾਚਾਰਾ ਪਾ ਰਹੇ ਆ ਸਾਨੂੰ ਦਾਣਾ ਦੇਣ ਦੀ ਲੋੜ ਨਹੀਂ ਹੈ ਸਿਰਫ 1 ਕਿਲੋ ਦਾਣਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਮੈਟਨੈਸ ਰਾਸ਼ਨ ਸਰੀਰਕ ਸੰਭਾਲ ਵਾਸਤੇ ਜਿਹੜਾ ਦਾਣਾ ਪਾਣਾ ਉਹ ਦਾਣਾ ਦੇਣ ਦੀ ਲੋੜ ਆ ਇਸ ਤੋਂ ਇਲਾਵਾ ਜਿਹੜੇ ਕੋਈ ਮੱਝਾਂ 6 ਲੀਟਰ ਤੋਂ ਵੱਧ ਦੁੱਧ ਦੰਦੀਆਂ ਨੇ ਤੇ ਗਾਇਆਂ 8 ਤੋਂ ਜ਼ਿਆਦਾ ਦੁੱਧ ਦੰਦੀਆਂ ਹਰ 2 ਲੀਟਰ ਮੱਝ ਤੇ ਹਰ 3 ਲੀਟਰ ਗਾਂ ਬਾਦਿਆਂ ਦੁੱਧ ਦੇਣ ਵਾਸਤੇ ਲੈਣ ਵਾਸਤੇ ਉਹਨੂੰ 1 ਕਿਲੋ ਦਾਣੇ ਦੀ ਲੋੜ ਹੈ ਤੇ 1 ਕਿਲੋ ਦਾਣਾ ਐਕਸਟਰਾ ਉਹਦੇ ਮਤਲਬ ਜਿਹੜੀ ਹੈਗੀ ਹੈ ਸਿਹਤ ਸੰਭਾਲ ਵਾਸਤੇ ਸਾਨੂੰ ਵਾਣ ਦੀ ਲੋੜ ਹੈਗੀ ਆ ਔਰ ਇਹਦਾ ਆਪਾਂ ਮਤਲਬ ਜਿਹੜੀ ਹੈਗੀ ਹੈ ਕੋਸ਼ਿਸ਼ ਕਰਨੀ ਚਾਹੀਦੀ ਜਿਹੜਾ ਸਾਨੂੰ ਚਾਰਾ ਬੀਜਣਾ ਰਲਮਾ ਮਿਲਮਾ ਚਾਰੇ ਦੀ ਬਜਾਈ ਕਰਨੀ ਚਾਹੀਦੀ ਆ ਸੌਣੀ ਦੇ ਵਿੱਚ ਹਾੜੀ ਦੇ ਵੀ ਸੌਣੀ ਦੇ ਵੀ ਚਰੀ ਬਾਜਰਾ ਮੱਕੀ ਦੇ ਨਾਲ ਲੋਬੀਆ ਗੁਆਰਾ ਮਿਲਾ ਕੇ ਵਿਜਨ ਦੀ ਲੋੜ ਹੈਗੀ ਆ ਤੇ ਹਾੜੀ ਦੇ ਵਿੱਚ ਸਾਨੂੰ ਵਰਸੀਮ ਦੇ ਨਾਲ ਰਾਈ ਕਾ ਔਰ ਜਵੀ ਮਿਲਾ ਕੇ ਵਿਜਨ ਦੀ ਲੋੜ ਹੈਗੀ ਆ ਤਾਂ ਕਿ ਜਦੋਂ ਆਪਾਂ ਚਾਰਾ ਪਾਵਾਂਗੇ ਪਸ਼ੂਆਂ ਨੂੰ ਕੱਟ ਕੇ ਪਾਇਆ ਜਾਏਗਾ ਤੇ ਉਹਦੇ ਨਾਲ ਸਾਨੂੰ ਘੱਟ ਤੋਂ ਘੱਟ ਦਾਣਾ ਪਾਇਆ ਘੱਟ ਤੋਂ ਘੱਟ ਦਾਣਾ ਪਾਉਣ ਦੀ ਲੋੜ ਪਵੇ ਔਰ ਜਿਹਦੇ ਨਾਲ ਆਪਾਂ ਸਸਤਾ ਦੁੱਧ ਪੈਦਾ ਕਰ ਸਕਦੇ ਆ ਖੁਰਾਕ ਦੇ ਵਿੱਚ ਪਸ਼ੂ ਹਾਰ ਵਿੱਚ ਕਾਰਬੋਹਾਈਡਰੇਟ ਫੈਟ ਪ੍ਰੋਟੀਨ ਵਿਟਾਮਿਨ ਖਣਿਜਾਂ ਦਾ ਹੋਣਾ ਜ਼ਰੂਰੀ ਆ ਪਸ਼ੂਆਂ ਦੀ ਸੰਭਾਲ ਇਹ ਸਭ ਤੋਂ ਮੁੱਖ ਪਹਿਲੂ ਉਹਨਾਂ ਦੀ ਜਿਹੜੀ ਖੁਰਾਕ ਹੈ ਕਿਉਂਕਿ ਪਸ਼ੂ ਪਾਲਣ ਵਿੱਚ ਆਉਣ ਵਾਲੇ ਸਾਰੇ ਖਰਚੇ ਦਾ ਕੁੱਲ ਖਰਚੇ ਦਾ ਤਕਰੀਬਨ ਲਗਭਗ 70% ਹਿੱਸਾ ਖੁਰਾਕ ਦੇ ਖਰਚਾ ਹੁੰਦਾ ਇਸ ਲਈ ਸਾਨੂੰ ਖੁਰਾਕ ਵੱਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਜੇਕਰ ਖੁਰਾਕ ਵਧੀਆ ਨਹੀਂ ਹੋਏਗੀ ਪਸ਼ੂ ਦਾ ਸਰੀਰਕ ਵਾਧਾ ਰੁਕ ਜਾਏਗਾ ਪਸ਼ੂ ਨੂੰ ਕਮਜ਼ੋਰ ਹੋ ਜਾਏਗਾ ਬਿਮਾਰੀਆਂ ਦੀ ਸਹਿਣ ਦੀ ਤਾਕਤ ਜਿਹੜੀ ਹੈ ਪਸ਼ੂ ਦੀ ਘਟ ਜਾਏਗੀ ਪਸ਼ੂ ਗਰਮੀ ਵਿੱਚ ਸਮੇਸਿਰ ਨਹੀਂ ਆਣਗੇ ਔਰ ਗੱਭਣ ਨਾ ਹੋਣਾ ਜੇਕਰ ਗੱਭਣ ਪਸ਼ੂ ਹੋਇਆ ਹੋਵੇ ਤਾਂ ਉਹਦਾ ਗਰਭਪਾਤ ਵੀ ਹੋ ਸਕਦਾ ਹੈ ਪਿੱਛਾ ਕੱਢਣਾ ਦੁੱਧ ਘੜ ਦੇਣਾ ਫਾਟ ਹੋਣ ਦੀ ਹਾਲਤ ਵਿੱਚ ਵੀ ਕਮੀ ਆਣਾ ਉਮਰ ਘਟ ਜਾਣਾ ਸੰਤੁਲਿਤ ਖਾਣ ਕਿਸ ਨੂੰ ਕਹਿੰਦੇ ਆ ਸੰਤੁਲਿਤ ਖਾਣ ਉਹ ਖੁਰਾਕ ਹੈ ਜਿਸ ਵਿੱਚ ਸਾਰੇ ਹੀ ਖੁਰਾਕੀ ਤੱਤ ਸਹੀ ਮਾਤਰਾ ਸਹੀ ਮਿਕਦਾਰ ਦੇ ਵਿੱਚ ਜਿਵੇਂ ਕਿ ਫੈਟ ਪ੍ਰੋਟੀਨ ਨਿਸ਼ਾਸਤਾ ਤੇ ਧਾਤਾਂ ਆਦ ਮਲਾਈਆਂ ਹੋਣ ਸਹੀ ਮਾਤਰਾ ਸਹੀ ਮਿਕਦਾਰ ਦੇ ਵਿੱਚ ਮਿਲੀਆਂ ਹੋਣ ਜੇਕਰ ਸਹੀ ਮਾਤਰਾ ਸਹੀ ਮਿਕਦਾਰ ਦੇ ਵਿੱਚ ਨਹੀਂ ਹੈ ਤਾਂ ਸਰੀਰਕ ਸੰਚਾਲਨ ਪਸ਼ੂ ਦਾ ਵਾਧਾ ਪ੍ਰਜਨਨ ਕਿਰਿਆ ਪੈਦਾ ਦੁੱਧ ਪੈਦਾ ਕਰਨ ਦੀ ਸ਼ਕਤੀ ਕਟ ਜਾਏਗੀ ਔਰ ਇਹ ਮਲਾਈਆਂ ਵੀ ਹੋਣਗੀਆਂ ਤਾਂ ਇਹ ਲੋੜਾਂ ਨੂੰ ਪੂਰੀਆਂ ਕਰ ਸਕੇਗਾ ਔਰ ਇਹਦੇ ਨਾਲ ਨਾਲ ਜਿਹੜਾ ਅਗਲਾ ਬਖਵਕ ਉਮਰ ਦੇ ਪਸ਼ੂਆਂ ਦੀ ਜਿਹੜੀ ਖੁਰਾਕ ਦੀ ਬੰਤਰ ਜਿੰਨਾ ਛੋਟੇ ਬੱਟਰੂਆਂ ਮੱਛਰੂਆਂ ਦੀ ਪਹਿਲੇ ਵੀ ਮੈਂ ਦੱਸਿਆ ਸੀਗਾ ਇੱਕ ਤੋਂ 3 ਦਿਨ ਦੀ ਉਮਰ ਤੇ ਇੱਕ ਉਹਨੂੰ ਜਿਹਦਾ ਭਾਰ 25 ਤੋਂ 23 ਕਿਲੋ ਹੈ 3 2.5 ਤੋਂ 3 ਕਿਲੋ ਬੌਲੀ ਉਹਨੂੰ ਮਿਲਣੀ ਰੋਜ਼ ਜ਼ਰੂਰੀ ਆ 4 ਤੋਂ 15 ਦਿਨ ਦੀ ਉਮਰ ਤੇ ਕੱਟੀ ਮੱਛੀ ਦਾ ਭજન ਜਿਹੜਾ ਹੈਗਾ ਉਹ ਵੱਜ ਜਾਂਦਾ 30 ਤੋਂ 35 ਕਿਲੋ ਤੱਕ ਹੋ ਜਾਂਦਾ ਉਹਨੂੰ 3.5 ਕਿਲੋ ਦੁੱਧ ਉਹਨੂੰ ਡੇਲੀ ਮਿਲਣਾ ਚਾਹੀਦਾ 1 ਮਹੀਨਾ ਤੋਂ 2 ਮਹੀਨੇ ਦੀ ਉਮਰ ਦੇ ਤੇ 4 ਤੋਂ 4.5 ਮਤਲਬ 40 ਤੋਂ 45 ਕਿਲੋ ਤਕਰੀਬਨ ਦੇ ਕਰੀਬ ਉਹਦਾ ਭજન ਹੋਣਾ ਚਾਹੀਦਾ ਔਰ ਉਹਨੂੰ 3 ਕਿਲੋ ਜਿਹੜਾ ਹੈ ਦੁੱਧ ਉਹਨੂੰ ਰੋਜ਼ ਦਾ ਮਿਲਣਾ ਚਾਹੀਦਾ ਕਹਾੜ ਤੋਂ 90 ਦਿਨ ਤੱਕ ਉਹਦਾ ਜਿਹੜਾ ਹੈਗਾ ਵਜ਼ਨ 40 ਤੋਂ 45 ਕਿਲੋ ਦੇ ਕਰੀਬ ਹੋ ਜਾਂਦਾ ਹੈਗਾ ਤੇ 2 ਕਿਲੋ ਨੂੰ ਦੁੱਧ ਤੇ ਨਾਲ ਉਹਨੂੰ 1.5 ਕਿਲੋ ਦਾਣਾ ਤੇ ਤਕਰੀਬਨ ਕਿਲੋ ਤੋਂ 2 ਕਿਲੋ ਤੱਕ ਉਹਨੂੰ ਹਰੇ ਪੱਠੇ ਇਹ ਵੀ ਜ਼ਰੂਰੀ ਮਿਲਨੇ ਚਾਹੀਦੇ ਆ ਤਿੰਨ ਤੋਂ 3 ਮਹੀਨੇ ਤੋਂ 4 ਮਹੀਨੇ ਦੀ ਉਮਰ ਦੇ ਇੱਕ ਦੇ ਵਿੱਚ 60 ਤੋਂ 75 ਕਿਲੋ ਉਹਦਾ ਜਿਹੜਾ ਵਜ਼ਨ ਹੋ ਜਾਏਗਾ 1 ਕਿਲੋ ਦੁੱਧ ਦੀ ਲੋੜ ਆ ਤੇ 1 ਕਿਲੋ ਦਾਣਾ ਤੇ 3 ਤੋਂ ਲੈ ਕੇ 5 ਕਿਲੋ ਤੱਕ ਨੂੰ ਹਰੇ ਪੱਠਿਆਂ ਦੀ ਲੋੜ ਆ ਐਸੀ ਤਰ੍ਹਾਂ ਸਾਡੇ ਪਾਸ ਬੈੜੀਆਂ ਝੋਟੀਆਂ ਲਈ ਖੁਰਾਕ ਜਿਨ੍ਹਾਂ ਦੀ ਉਮਰ 6 ਮਹੀਨੇ ਤੋਂ ਲੈ ਕੇ 18 ਮਹੀਨੇ ਤੀਕਾ 18 ਮਹੀਨੇ ਜਾਂ ਸੂਣ ਤੱਕ ਹੈ ਉਹਨਾਂ ਦੀ ਜਿਹੜੀ ਖੁਰਾਕ ਦੇ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ 6 ਮਹੀਨੇ ਦੀ ਉਮਰ ਤੋਂ ਬਾਅਦ ਕਟਰੂ ਬਸ਼ਰੂ ਪੱਠੇ ਹਾਜ਼ਮ ਕਰ ਲੈਂਦਾ ਉਹਦੇ ਬਾਅਦ ਤੇ ਨੰਬਰ 1 ਦਾਣਾ ਜਿਹੜੀ ਖੁਰਾਕ ਆਪਾਂ ਨੇ ਤਿਆਰ ਕਰਨੀ ਆ ਉਹਦੇ ਵਿੱਚ ਦਾਣਾ 45% ਖਲਾਂ 25% ਚੌਕਰ ਚੌਲਾਂ ਦਾ ਛਿਲਕਾ ਚੌਕਰ ਜਾਂ ਚੌਲਾਂ ਦਾ ਛਿਲਕਾ 30% ਧਾਤਾਂ ਦਾ ਚੂਰਾ 1% ਤੇ 1% ਉਹਦੇ ਵਿੱਚ ਨਮਕ ਹੋਣਾ ਜ਼ਰੂਰੀ ਆ ਬੈੜੀਆਂ ਝੋਟੀਆਂ ਦੀ ਖੁਰਾਕ ਦੇ ਵਿੱਚ 6 ਤੋਂ 12 ਮਹੀਨੇ ਦੀ ਜਿਹੜੀ ਉਮਰ ਦੇ ਹੈਗੀ ਬੈੜੀ ਝੋਟੀ 1 ਕਿਲੋ ਦਾਣਾ ਨੂੰ ਮਿਲਣਾ ਜ਼ਰੂਰੀ ਆ ਤੇ 12 ਤੋਂ 18 ਮਹੀਨਿਆਂ ਦੀ ਜਿਹੜੀ ਬੈੜੀ ਝੋਟੀਆਂ ਨੂੰ 1.5 ਕਿਲੋ ਦਾਣਾ ਮਿਲਣਾ ਜ਼ਰੂਰੀ ਆ ਜਿਹੜੀ 18 ਤੋਂ 30 ਮਹੀਨੇ ਦੀ ਬੈੜੀ ਝੋਟੀਆਂ ਨੂੰ 2 ਕਿਲੋ ਜਿਹੜੀ ਬੈੜੀਆਂ ਨੂੰ ਤੇ 1 ਕਿਲੋ ਝੋਟੀਆਂ ਨੂੰ ਜਿਹੜਾ ਮਤਲਬ ਜਿਹੜਾ ਇਹ ਮਿਲਣਾ ਜ਼ਰੂਰੀ ਆ ਗੱਪਣ ਸੌਣ ਤੋਂ 3 ਮਹੀਨੇ ਪਹਿਲਾਂ 2 ਕਿਲੋ ਦਾਣਾ ਉਹ ਵੀ ਲਾਜ਼ਮੀ ਉਹਨੂੰ ਮਿਲਣਾ ਜ਼ਰੂਰੀ ਆ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਸਮੇ ਜਿਹੜਾ ਸਾਨੂੰ ਜ਼ਿਆਦਾ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਆ ਆ ਦਾਣਾ ਤਿਆਰ ਕਰਨ ਦੀ ਮਾਤਰਾ ਜਿਹੜੀ ਨੰਬਰ 1 ਤਾਂ ਵੱਖ-ਵੱਖ ਸ਼੍ਰੇਣੀਆਂ ਦੇ ਇਹਨਾਂ ਦੇ ਪਸ਼ੂ ਨੰਬਰ 2 ਹਰੇ ਚਾਰੇ ਦੀ ਕਿਸਮਤ ਤੇ ਕਿਸਮ ਤੇ ਕੁਆਲਿਟੀ ਤੇ ਨਿਰਪਰ ਕਰਦੀ ਆ ਖੁਰਾਕ ਸਸਤੀ ਸੰਤੁਲਿਤ ਹੋਵੇ ਪਸ਼ੂ ਖੁਰਾਕ ਪਸ਼ੂ ਦੀ ਪਸੰਦ ਮੁਤਾਬਕ ਖੁਰਾਕ ਹੋਵੇ ਕਹਦੇ ਵੀ ਭਿਜੜ ਕਣਕ ਜਾਂ ਅਨਾਜ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਜਿਹੇ ਅਨਾਜ ਪਸ਼ੂ ਦੀ ਸਿਹਤ ਤੇ ਮਾੜਾ ਅਸਰ ਪਾ ਸਕਦੇ ਆ ਬਣਜਾ ਨਾਲਾ ਇੱਕੋ ਸਮੇਂ ਪਿਆਰ ਨਹੀਂ ਕਰਨਾ ਚਾਹੀਦਾ ਆਪਣੀ ਲੋੜ ਮੁਤਾਬਕ ਤਿਆਰ ਕਰਨਾ ਚਾਹੀਦਾ ਬਣਜਾ ਨਾਲਾ ਇੱਕੋ ਸਮੇਂ ਨਾ ਪਾਓ ਸਗੋਂ ਵੰਡ ਕੇ ਅੱਧਾ ਸਵੇਰੇ ਤੇ ਅੱਧਾ ਸ਼ਾਮ ਪਾਉਣਾ ਚਾਹੀਦਾ ਪਾਓ ਜੇਕਰ ਦਾਣਾ ਦਾਣਾ ਆਪ ਤਿਆਰ ਕਰਨਾ ਹੈ ਤਾਂ ਕਦੇ ਵੀ 15-20 ਦਿਨਾਂ ਤੋਂ ਜ਼ਿਆਦਾ ਸਟੋਰ ਕਰਨਾ ਨਾ ਕਰਨੀ ਨਹੀਂ ਕਰਨਾ ਚਾਹੀਦਾ ਜਾਣ ਦਾਣਾ ਸਟੋਰ ਕਰਨ ਵਾਲਾ ਕਮਰਾ ਪੱਕਾ ਹੋਵੇ ਸਿੱਲ ਵਗੈਰਾ ਨਾ ਹੋਵੇ ਦਾਣਾ ਤਿਆਰ ਕਰਨ ਸਮੇਂ ਵੱਖ-ਵੱਖ ਅਨਾਜ ਖਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਦਾਣੇ ਦੀ ਗੁਣਵੱਤਾ ਵੀ ਵਧੇਗੀ ਅਤੇ ਦਾਣਾ ਸਸਤਾ ਵੀ ਪਏਗਾ ਪਸ਼ੂ ਖੁਰਾਕ ਤਿਆਰ ਕਰਨ ਲਈ ਸਾਨੂੰ ਤਿੰਨ ਮੇਨ ਆਈਟਮਾਂ ਜਿਹੜਾਂ ਦੀ ਲੋੜ ਪੈਂਦੀ ਹੈ ਨੰਬਰ 1 ਅਨਾਜ ਨੰਬਰ 2 ਖਾਲਾਂ ਨੰਬਰ 3 ਛਿਲਕੇ ਦਾ ਸਮਾਨ ਜਦੋਂ ਕੋਈ ਵੀ ਆਪਾਂ ਮਤਲਬ ਪਸ਼ੂ ਖੁਰਾਕ ਤਿਆਰ ਕਰਨੀ ਹੈ ਇੱਕ ਹਿੱਸਾ ਅਨਾਜ ਇੱਕ ਹਿੱਸਾ ਖਲਾਂ ਤੇ ਇੱਕ ਹਿੱਸਾ ਛਿਲਕੇ ਦਾ ਸਮਾਨ ਇਸ ਤੋਂ ਇਲਾਵਾ ਧਾਤਾਂ ਦਾ ਚੂਰਾ ਅਤੇ ਨਮਕ ਇਹ ਸਾਨੂੰ ਖੁਰਾਕ ਦੇ ਵਿੱਚ ਲੋੜ ਆ ਕਹਿਣ ਦਾ ਭਾਵ ਪਸ਼ੂ ਖੁਰਾਕ ਤਿਆਰ ਕਰਨ ਵਾਸਤੇ ਘੱਟ ਤੋਂ ਘੱਟ ਦੋ ਅਨਾਜ ਲੈਣ ਦੀ ਲੋੜ ਆ ਜਿਵੇਂ ਕਿ ਮੱਕੀ ਕਣਕ ਵੈਸੇ ਤਾਂ ਤਿੰਨ ਚਾਹੀਦੇ ਜੇ ਤਿੰਨ ਨਹੀਂ ਹੈਗੇ ਤਾਂ ਦੋ ਜ਼ਰੂਰੀ ਆ 32 ਕਿਲੋ ਕਣਕ ਮੱਕੀ ਤਿੰਨ ਨੰਬਰ ਤੋਂ ਖਲਾਂ ਸਾਡੇ ਪਾਸ ਨੇ ਤਿੰਨ ਤਰ੍ਹਾਂ ਜਾਂ ਟਾਈਪ ਦੀਆਂ ਖਲਾਂ ਨੇ ਸਰੋਂ ਦੀ ਖਾਲ ਬੜੇਮਿਆਂ ਦੀ ਖਾਲ ਸੋਇਆਬੀਨ ਦੀ ਚੂਰੀ ਮੂੰਗਫਲੀ ਦੀ ਖਾਲ ਇਹ ਕੀ ਹਿੱਸਾ ਸਾਨੂੰ ਖਲਾਂ ਦੀ ਲੋਡ ਆ ਇਹਦੇ ਵਿੱਚ ਸਰੋਂ ਦੀ ਖਾਲ ਵਰਤੀ ਜਾ ਸਕਦੀ ਆ ਸੋਇਆਬੀਨ ਦੀ ਚੂਰੀ ਵਰਤੀ ਜਾ ਸਕਦੀ ਆ ਤੇ ਮੂੰਗਫਲੀ ਦੀ ਖਾਲ ਵਰਤੀ ਜਾਂਦੀ ਹੈ ਇਹ ਕੀ ਹਿੱਸਾ ਲੈ ਲੈਣਾ 32 ਕਿਲੋ ਤੇ ਤੀਸਰਾ ਸਾਡੇ ਪਾਸ ਛਿਲਕੇ ਦਾ ਸਮਾਨ ਜ਼ਰੂਰੀ ਇਹਦੇ ਵਿੱਚ ਹੋਣਾ ਚਾਹੀਦਾ ਫਲਾਪਟ ਵਾਲਾ ਸਮਾਨ ਫਲਾਪਟ ਦੇ ਵਿੱਚ ਰਾਈਸ ਪੋਲਿਸ਼ ਹੈ ਡਿਵਾਈਡ ਰਾਈਸ ਪ੍ਰਾਈਨ ਤੇ ਸਾਡੇ ਪਾਸ ਚੋਕਰ ਤੀਸਰਾ ਹੈ ਇਹਦੇ ਵਿੱਚ ਚੋਕਰ ਲੈ ਸਕਦੇ ਆ ਰਾਈਸ ਪੋਲਿਸ ਲੈ ਸਕਦੇ ਆ ਤੇ ਡੀਓਸੀ ਵਗੈਰਾ ਲੈ ਸਕਦੇ ਆ ਤਿੰਨੋਂ ਇਹ 92 ਕਿਲੋ ਹੋ ਜਾਏਗਾ ਤੇ ਇਹਦੇ ਵਿੱਚ 2 ਕਿਲੋ ਧਾਤਾਂ ਦਾ ਚੂਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਦੇ ਵਿੱਚ ਘਟੋ ਘਟ 2 ਕਿਲੋ ਨਮਕ ਪਾਣ ਦੀ ਲੋੜ ਹੈ ਜੇਕਰ ਜ਼ਿੰਮੇਦਾਰ ਨੇ ਜ਼ਿਆਦਾ ਮੁਨਾਫਾ ਲੈਣਾ ਹੈ ਤਾਂ ਪਸ਼ੂ ਖਰਾਕ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੀ ਘਰ ਦੀ ਤਿਆਰ ਕੀਤੀ ਜਾਵੇ। ਔਰ ਜੇਕਰ ਅਸੀਂ ਘਰ ਦੀ ਤਿਆਰ ਪਸ਼ੂ ਖਰਾਕ ਨਹੀਂ ਤਿਆਰ ਕਰ ਸਕਦੇ ਕਿਸੇ ਬਾਹਰੋਂ ਵੀ ਜੇਕਰ ਕਿਸੇ ਪ੍ਰਾਈਵੇਟ ਅਧਾਰੇ ਤੋਂ ਆਪਾਂ ਨੇ ਮਤਲਬ ਕੰਪਨੀ ਤੋਂ ਕੈਟਲ ਫੀਡ ਫੈਕਟਰੀ ਤੋਂ ਪਸ਼ੂ ਖਰਾਕ ਖੇਦਣੀ ਆ ਤਾਂ ਕੋਸ਼ਿਸ਼ ਕਰਨੀ ਚਾਹੀਦੀ ਉਹਦੇ ਦੇਖ ਲੈਣਾ ਚਾਹੀਦਾ ਵੀ ਕਿ ਸਾਰੇ ਤੱਤ ਉਹਦੇ ਵਿੱਚ ਮੌਜੂਦ ਨੇ। ਬੈਗ ਦੇ ਉੱਤੇ ਜਿਹੜਾ ਟਾਈਟਲ ਫੀਡ ਤਿਆਰ ਕੀਤੀ ਆ ਉਹਦੀ ਕੰਪੋਜੀਸ਼ਨ ਵਗੈਰਾ ਲਿਖੀ ਵੀ ਹੋਈ ਹੈਗੀ ਆ ਐਸ ਪਰ ਗਵਰਨਮੈਂਟ ਸਪੈਸੀਫਿਕੇਸ਼ਨ ਜੋ ਹੈ ਉਹਦੇ ਮੁਤਾਬਕ ਉਹ ਜਿਹੜੀ ਹੈਗੀ ਪਸ਼ੂ ਖੁਰਾਕ ਤਿਆਰ ਕੀਤੀ ਗਈ ਆ ਔਰ ਉਹ ਟਾਈਪ 1 ਹੈ ਜਾਂ ਟਾਈਪ 2 ਹੈ ਇਹ ਵੀ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਔਰ ਸਾਨੂੰ ਸਸਤੀ ਖੁਰਾਕ ਨਹੀਂ ਲੈਣੀ ਚਾਹੀਦੀ ਖੁਰਾਕ ਦੀ ਕੁਆਲਟੀ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਫੰਗਸ ਲੱਗੀ ਹੋਈ ਹੈ ਜਾਂ ਕੋਈ ਉਧੇਰ ਦੀ ਲੇ ਪਈ ਹੈ ਆਈ ਵੀ ਆਇਆ ਖੁਰਾਕ ਹੈਗੀ ਆ ਉਹ ਨਹੀਂ ਪਾਣੀ ਚਾਹੀਦੀ ਕੋਸ਼ਿਸ਼ ਕਰਨਾ ਚਾਹੀਦੀ ਆ ਸਾਨੂੰ ਮਤਲਬ ਜਿਹੜੀ ਹੈਗੀ ਵਧੀਆ ਖੁਰਾਕ ਉਹ ਲੈ ਕੇ ਪਾਣੀ ਚਾਹੀਦੀ ਆ ਜਾਂ ਆਪ ਤਿਆਰ ਕਰਨੀ ਚਾਹੀਦੀ ਆ ਖੁਰਾਕ ਜਿਹੜੀ ਆਪ ਤੁਸੀਂ ਤਿਆਰ ਕਰਨੀ ਆ ਉਹਦੇ ਵੀ ਜਿਹੜਾ ਰਾ ਮਟੀਰੀਅਲ ਵੀ ਆਪਾਂ ਨੇ ਲੈਣਾ ਉਹ ਵੀ ਸਾਨੂੰ ਚੈੱਕ ਕਰ ਲੈਣਾ ਚਾਹੀਦਾ ਜਿੱਦਾਂ ਪਹਿਲੇ ਵੀ ਮੈਂ ਦੱਸਿਆ ਸੀਗਾ ਵੀ ਕਣਕ ਜਿਹੜੀ ਹੈਗੀ ਗਲੀ ਸੜੀ ਕਣਕ ਹੈ ਭਿੱਜਰ ਕਣਕ ਨਹੀਂ ਹੋਣੀ ਚਾਹੀਦੀ ਜਿੰਨੋਂ ਚਾਰ ਆਟਮਾ ਨੇ ਜਿਹੜੀਆਂ ਹੈਗੇ ਜਿੱਦਾਂ ਕਣਕ ਹੈਗੀ ਆ ਜਾਂ ਮਤਲਬ ਅਨਾਜ ਨੇ ਖਾਲਾਂ ਨੇ ਜਾਂ ਛਿਲਕੇ ਦਾ ਸਮਾਨ ਹੈ ਜਿਹੜੀ ਹੈਗੀ ਆ ਅਨਾਜ ਉਹ ਸਾਫ਼ ਹੋਵੇ ਕੋਈ ਮਤਲਬ ਉਹਦੇ ਰੰਗ ਬੋਰੀ ਵੀ ਤੋਂ ਜਦੋਂ ਆਪਾਂ ਮਤਲਬ ਕੋਈ ਚੈੱਕ ਕਰਕੇ ਦੇਖਾਂਗੇ ਮੁਠੀ ਭਰ ਕੇ ਦਾਣਿਆਂ ਦੀ ਕੱਢ ਲੈਣੀ ਹੈ ਹੱਥ ਦੇ ਵਿੱਚ ਤੇ ਜੇਕਰ ਤੁਹਾਡੀ ਮਾਂ ਨੂੰ ਸਿਲ ਮਹਿਸੂਸ ਹੋਏ ਉਹਦਾ ਮਤਲਬ ਹੈ ਕਿ ਇਹ ਜਿਹੜੀ ਉਹਦੇ ਵੀ ਮੋਇਸਚਰ ਜ਼ਿਆਦਾ ਆ ਅਨਾਜ ਦੀ ਔਰ ਨੰਬਰ 2 ਜਦੋਂ ਦਾਣੇ ਤੁਸੀਂ ਹੱਥ ਦੇ ਵਿੱਚ ਦੇਖੋਗੇ ਉਹਦਾ ਟੁੱਟੇ ਹੋਏ ਨਾ ਹੋਣ ਕਾਲੇ ਨજર ਨਾ ਹੋ ਜੇਕਰ ਦਾਣੇ ਕਾਲੇ ਹੋਣਗੇ ਤਾਂ ਵੀ ਵਧੀਆ ਖੁਰਾਕ ਨਹੀਂ ਬਣੇਗੀ ਜੇਕਰ ਟੁੱਟੇ ਹੋਏ ਨੱਕਾ ਟੁੱਟਿਆ ਹੋਇਆ ਹੋਏਗਾ ਦਾਣਿਆਂ ਦਾ ਤਾਂ ਵੀ ਵਧੀਆ ਖੁਰਾਕ ਨਹੀਂ ਬਣੇਗੀ ਐਸੀ ਤਰ੍ਹਾਂ ਜਿਹੜੀ ਖਲਾਂ ਵੀ ਲੈਣੀਆਂ ਨੇ ਖਾਨੂੰ ਸਾਨੂੰ ਖਲਾਂ ਵੀ ਚੈੱਕ ਕਰਕੇ ਲੈਣੀਆਂ ਚਾਹੀਦੀਆਂ ਖਲ ਵੀ ਚੈੱਕ ਕਰਕੇ ਪਾਣੀ ਚਾਹੀਦੀ ਆ ਖੁਰਾਕ ਦੇ ਵਿੱਚ ਉਹਦੇ ਨਾਲ ਹੱਥ ਦੇ ਨਾਲ ਮਲਕੇ ਦੇਖ ਲਓ ਤੁਹਾਡੇ ਹੱਥ ਦੇ ਨਾਲ ਫੈਟ ਵਗੈਰਾ ਵੀ ਲੱਗੇਗੀ ਜੇਕਰ ਮਹਿਸੂਸ ਹੋਇਆ ਵੀ ਉਹਦੇ ਵਿੱਚ ਆਇਲ ਹੈ ਨਹੀਂ ਹੈ। ਔਰ ਕਈ ਜਦੋਂ ਇੱਕ ਖਾਲਾ ਨੂੰ ਆਪਾਂ ਮਲਕੇ ਦੇਖਾਂਗੇ ਤੁਹਾਡੇ ਹੱਥ ਨਾਲ ਜਿੱਦਾਂ ਬਰੇਮਿਆਂ ਦੀ ਖਾਲਾ ਕਈ ਵਾਰੀ ਇਦਾਂ ਦਾ ਹੁੰਦਾ ਉਹਦੇ ਵਿੱਚ ਰੰਗ ਪਾਇਆ ਹੋਆ ਹੁੰਦਾ ਉਹਦੇ ਵਿੱਚ ਗੱਤਾ ਪਾਇਆ ਹੋਆ ਹੁੰਦਾ ਉਹਦੀ ਮਿੱਟੀ ਘੱਟਾ ਪਾਇਆ ਹੋਆ ਹੁੰਦਾ ਕੋਈ ਇਦਾਂ ਦੀ ਮਿਲਾਵਟ ਵਾਲੀ ਖਾਲ ਹੁੰਦੀ ਆ। ਉਹ ਵੀ ਤੁਹਾਨੂੰ ਪਤਾ ਲੱਗ ਜਾ ਉਹਦੀ ਕੁਆਲਿਟੀ ਦੇ ਬਾਰੇ ਕਿ ਆ ਤੁਸੀਂ ਇਹ ਚੰਗੀ ਚੀਜ਼ ਪਾ ਰਹੇ ਨਹੀਂ ਪਾ ਰਹੇ। ਇਦਾਂ ਹੀ ਜਿਹੜਾ ਹੈਗਾ ਚੋਕਰ ਕਣਕ ਦਾ ਚੋਕਰ ਜਾਂ ਰਾਈਸ ਪਾਲਿਸ਼ ਹੈ ਜਾਂ ਡੀਓਸੀ ਵਗੈਰਾ ਹੈਗਾ ਉਹ ਵੀ ਚੈੱਕ ਕਰਕੇ ਲੈਣਾ ਚਾਹੀਦਾ ਹੈਗਾ ਸਾਨੂੰ ਦੇਖ ਕੇ। ਫਾਈਨ ਕੁਆਲਟੀ ਦਾ ਜਿਹੜਾ ਹੈਗਾ ਇਸ ਚੀਜ਼ ਰਾ ਮਟੀਰੀਅਲ ਲੈਣਾ ਚਾਹੀਦਾ ਧਾਤਾਂ ਦਾ ਚੂਰਾ ਵੀ ਜਿਹੜਾ ਹੈਗਾ ਬੜੀ ਵਧੀਆ ਕੁਆਲਟੀ ਦਾ ਹੋਣਾ ਚਾਹੀਦਾ ਵਧੀਆ ਕੰਪਨੀ ਦਾ ਲੈਣਾ ਚਾਹੀਦਾ ਇਹ ਨਹੀਂ ਵੀ ਹੈਗਾ ਵੀ ਸਸਤਾ ਲੈ ਕੇ ਪਾ ਲਿਆ ਜਾਂ ਕੈਲਸਾਈਟ ਪਾਊਡਰ ਕਿਸੇ ਫੈਕਟਰੀ ਦੇ ਲੈ ਕੇ ਪਾ ਲਿਆ ਇਹ ਲਾਈਮਸਟੋਨ ਪਾਊਡਰ ਪਾ ਲਿਆ ਲੈ ਕੇ ਸਸਤਾ 2-4 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਉਹਨੇ ਜਿਹੜਾ ਹੈਗੇ ਇਦਾਂ ਦੀਆਂ ਚੀਜ਼ਾਂ ਪਾਲਾਂਗੇ ਤਾਂ ਪਸ਼ੂ ਨੇ ਸਾਡੇ ਨਾਲ ਦੁੱਧ ਨਹੀਂ ਦੇਵੇਗਾ ਵਧੀਆ ਐਗਰੀਮੈਂਟ ਫੋਟ ਵਗੈਰਾ ਜੇ ਪਾਉਂਗੇ ਐਗਰੀਮੈਂਟ ਪਾਵਾਂਗੇ ਤਤਾਂ ਦਾ ਚੂਰਾ ਯਾਕ ਮਤਲਬ ਕਿਸੇ ਵੀ ਯੂਨੀਵਰਸਿਟੀ ਤੋਂ ਰਿਕਮੈਂਡਡ ਉਹ ਪਾਵਾਂਗੇ ਤਾਂ ਉਹਦੇ ਨਾਲ ਪਸ਼ੂ ਨੂੰ ਜਿਹੜੇ ਉਹਦੇ ਖਰਾਕੀ ਤੱਤ ਨੇ ਜਿਹੜੀਆਂ ਤੱਤਾਂ ਨੇ ਸਾਰੀਆਂ ਉਹਨੂੰ ਸਹੀ ਮਾਤਰਾ ਸਹੀ ਮਿਕਦਾਰ ਦੇ ਵਿੱਚ ਪਸ਼ੂ ਨੂੰ ਮਿਲ ਜਾਣਗੀਆਂ ਔਰ ਸਾਡਾ ਪਸ਼ੂ ਤਤਾਂ ਦੇ ਚੂਰੇ ਦੇ ਨਾਲ ਜ਼ਿਆਦਾ ਦੁੱਧ ਦੇਵੇਗਾ ਉਹਦੇ ਨਾਲ ਉਹਨੂੰ ਮਤਲਬ ਜ਼ਿਆਦਾ ਵਧੀਆ ਰਹੇਗਾ ਤੇ ਇਸੇ ਤਰ੍ਹਾਂ ਜਿਹੜੇ ਹੈਗਾ ਤੱਤਾਂ ਦਾ ਚੂਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਪਸ਼ੂਆਂ ਨੂੰ ਹਰ ਇੱਕ ਨੂੰ ਦੇਣ ਦੀ ਲੋੜ ਹੈ ਤੱਤਾਂ ਦੇ ਵਿੱਚ ਚੂਰੇ ਦੇ ਵਿੱਚ ਤਕਰੀਬਨ 28 ਧਾਤਾਂ ਨੇ ਕੋਈ ਮੇਜਰ ਨੇ ਕੋਈ ਬਹੁਤ ਘੱਟ ਮਾਤਰਾ ਦੇ ਵਿੱਚ ਆਈ ਚਾਹੀਦੀਆਂ ਨੇ ਹਰ ਇੱਕ ਧਾਤ ਦਾ ਆਪੋ ਆਪਣਾ ਕੰਮ ਹੈਗਾ 1 ਕਿਲੋ ਅਸੀਂ ਪਸ਼ੂ ਦੇ ਸਰੀਰ ਦੇ ਵਿੱਚ ਦੁੱਧ ਚੋਣੇ ਆ ਤਾਂ ਰੋਜ਼ ਦਾ ਉਹਦੇ ਵਿੱਚ 3 ਕਿਲੋ 3 ਗ੍ਰਾਮ ਕੈਲਸ਼ੀਅਮ ਤੇ 2 ਗ੍ਰਾਮ ਫਾਸਫੋਰਸ ਅਸੀਂ ਉਹਦੇ ਸਰੀਰ ਦੇ ਵਿੱਚੋਂ ਕੱਢਦੇ ਆ ਜੇਕਰ ਇਹ ਧਤਾਂ ਅਸੀਂ ਉਹਨੂੰ ਮਤਲਬ ਪਸ਼ੂ ਨੂੰ ਦੇਵਾਂਗੇ ਤਾਂ ਪਸ਼ੂ ਸਾਨੂੰ ਪੂਰਾ ਦੁੱਧ ਦੇਵੇਗਾ ਜੇਕਰ ਇਹ ਧਤਾਂ ਨਹੀਂ ਦੇਵਾਂਗੇ ਮਿਨਰਲ ਮਿਕਸਚਰ ਨਹੀਂ ਦੇਵਾਂਗੇ ਤਾਂ ਪਸ਼ੂ ਦੀ ਦੁੱਧ ਦੀ ਪੈਦਾਵਾਰ ਘੱਟ ਜਾਏਗੀ ਪਸ਼ੂ ਸਾਡਾ ਰਿਪੀਟਰ ਹੋ ਜਾਏਗਾ ਪਿੱਛਾ ਦਿਖਾਣੇ ਦੀ ਬਿਮਾਰੀ ਹੋ ਜਾਏਗੀ ਸੋਕੜੇ ਦਾ ਰੋਜ ਰੋਗ ਲੱਗ ਜਾਏਗਾ ਉਹਨੂੰ ਕੱਪੜੇ ਚੱਪਣੇ ਮਿੱਟੀ ਚਟਣੀ ਰੋੜੇ ਚੱਪਣੇ ਇਦਾਂ ਦੀਆਂ ਬਹੁਤ ਸਾਰੀਆਂ ਉਹਨੂੰ ਮਤਲਬ ਖੋਰ ਝੜ ਜਾਣੇ ਪੈਰ ਚ ਖੋਸ ਝੜ ਜਾਣੇ ਕੰਨ ਝੜ ਜਾਣੇ ਇਦਾਂ ਦੀਆਂ ਬਿਮਾਰੀਆਂ ਪਸ਼ੂ ਨੂੰ ਜਿਹੜੇ ਸਾਡੇ ਨੂੰ ਲੱਗ ਜਾਣਗੀਆਂ ਇਸ ਵਾਸਤੇ ਮਤਲਬ ਸੋਣ ਤੋਂ 2 ਮਹੀਨੇ 3 ਮਹੀਨੇ ਬਾਅਦ ਉਹ ਗੱਭਣ ਨਹੀਂ ਹੋਏਗਾ ਸੁਆ ਭੰਨਣ ਦੀ ਬਿਮਾਰੀ ਹੋ ਜਾਏਗੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਹਰ ਇੱਕ ਪਸ਼ੂ ਨੂੰ ਆਪਣੇ ਨੂੰ ਤਾਤਾਂ ਦਾ ਚੂਰਾ ਵੀ ਪਾਉਣੇ ਦੀ ਲੋੜ ਹੈ 6 ਮਹੀਨੇ ਤੇ ਉਮਰ ਦੇ ਜਿਹੜੇ ਕੱਟੀਆਂ ਨੇ ਜਾਂ ਬੱਚੀਆਂ ਨੇ ਸਾਨੂੰ ਉਹਨਾਂ ਨੂੰ 15 20 ਗ੍ਰਾਮ ਹਰ ਰੋਜ਼ ਤਾਤਾਂ ਦਾ ਚੂਰਾ ਪਾਓ ਜਿਹੜੀਆਂ ਸਾਡੇ ਬਾਹ ਬੈੜੀਆਂ ਝੋਟੀਆਂ ਨੇ ਗੱਭਣ ਆਉਣ ਵਾਲੀਆਂ ਨੇ ਉਹਨਾਂ ਨੂੰ 30 35 ਗ੍ਰਾਮ ਤਾਤਾਂ ਦਾ ਚੂਰਾ ਪਾਓ ਜਿਹੜੇ ਸਾਡੇ ਬਾਹ ਮੱਝਾਂ ਨੇ ਦੁੱਧ ਦੇ ਰੀਆਂ ਨੇ ਜਾਂ ਗਾਂਹਾਂ ਦੁੱਧ ਦੇ ਰੀਆਂ ਨੇ ਉਹਨਾਂ ਨੂੰ 50 ਗ੍ਰਾਮ ਰੋਜ਼ਾਨਾ ਦਾ ਪਾਓ ਸਵੇਰੇ ਤੇ ਜਿਹੜੀਆਂ ਗਾਂਆਂ ਸਾਡੇ ਬਾਹ ਜ਼ਿਆਦਾ ਦੁੱਧ ਦੇਣ ਵਾਲੀਆਂ ਨੇ ਉਹਨਾਂ ਨੂੰ ਘੱਟੋ ਘੱਟ 70 75 ਗ੍ਰਾਮ ਜਿਹੜਾ ਤਾਤਾਂ ਦਾ ਚੂਰਾ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਹੈਗਾ ਔਰ ਚੰਗੀ ਕੰਪਨੀ ਦਾ ਇਹ ਤਾਤਾਂ ਦਾ ਚੂਰਾ ਸਾਡੇ ਸਾਨੂੰ ਇਹ ਪਾਉਣ ਦੀ ਜ਼ਰੂਰਤ ਹੈਗੀ ਆ